ਤੁਸੀਂ ਸਾਰੇ ਸਾਡੇ ਨਾਲ ਜੁੜੇ ਹੋ, ਅਸੀਂ ਸਾਰੇ ਤੁਹਾਡੇ ਨਾਲ ਜੁੜੇ ਹਾਂ। ਰੇਡੀਓ ਜਨਪਰ ਦੇ ਜ਼ਰੀਏ ਆਪਾਂ ਸਾਂਝ ਪਾਉਂਦੇ ਹੋਏ ਗੱਲ ਨੂੰ ਅੱਗੇ ਤੋਰਦੇ ਹਾਂ। ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਤੋਂ ਤੇ ਪਿੰਡ ਸਿੰਧਵਾ ਦੋਨਾ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀ ਸਾਨੂੰ ਸਾਥ ਸਹਿਯੋਗ ਦਿੰਦੇ ਆ। ਉਨ੍ਹਾਂ ਦੇ ਸਹਿਯੋਗ ਨਾਲ ਗੱਲ ਇੱਥੋਂ ਤੱਕ ਪਹੁੰਚੀ ਅਤੇ ਗੱਲ ਗਾਹਾਂ ਲੈ ਕੇ ਚੱਲਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ। ਦਰਸ਼ਨ ਸਿੰਘ ਦਰਸ਼ਕ ਜੀ ਆਪਣੇ ਨਾਲ ਜੁੜੇ ਨੇ ਪਟਿਆਲੇ ਤੋਂ, ਤੇ ਇਨ੍ਹਾਂ ਦਾ ਆਪਾਂ ਸਵਾਗਤ ਕਰਕੇ ਗੱਲ ਨੂੰ ਅੱਗੇ ਤੋਰਦੇ ਹਾਂ। ਜੀ ਦਰਸ਼ਕ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਕੀ ਮਾਹੌਲ ਹੈ ਜੀ ਇਸ ਵਕਤ ਖਬਰਾਂ ਸਾਰਾਂ ਨੂੰ ਜੇ ਦੇਖੀਏ ਤਾਂ ਸਾਡੇ ਮੁਲਕ ਦਾ, ਤੇ ਪਹਿਲੀ ਗੱਲ ਇਹ ਹੈ ਕਿ ਜ਼ਹਿਰੀਲੀ ਸ਼ਰਾਬ, ਪਹਿਲਾਂ ਕੋਰੋਨਾ ਦੀ ਗੱਲ ਕਰਦੇ ਸਨ, ਮੈਂ 25 ਤੱਕ ਖੜਾ ਸੀ ਤੇ ਹੁਣ 30 ਮੌਤਾਂ ਦਾ ਅੰਕੜਾ ਆ ਰਿਹਾ ਤੇ ਪੰਜਾਬ ਸਰਕਾਰ ਕਹਿੰਦੀ ਹੈ ਕਿ 21 ਹੋਈਆਂ, ਪਰ ਮੌਤਾਂ ਤਾਂ ਹੋਈਆਂ। ਸ਼ਰਾਬ ਪੀਣੀ ਨਹੀਂ ਮਾੜੀ, ਜ਼ਹਿਰੀਲੀ ਸ਼ਰਾਬ ਦੇ ਉੱਤੇ ਜ਼ਰੂਰ ਤਾਲਾਬੰਦੀ ਹੋਵੇ, ਇਹ ਕਿਵੇਂ ਚੱਲਦੀ ਹੈ? ਸਰਕਾਰ ਨੇ ਨੋਟਿਸ ਤਾਂ ਹੁਣ ਲੈ ਲਿਆ, ਤੇ ਪਹਿਲਾਂ ਕਿੱਥੇ ਸੁੱਤੇ ਹੋਏ ਸੀ? ਸਿੱਧੂ ਸਾਹਿਬ, ਕੱਲ ਆਪਾਂ ਗੱਲ ਕਰ ਰਹੇ ਸੀਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਮੁੱਛੜ ਪਿੰਡ ਦੀ ਜੀ, ਤੇ ਉਸ ਸਮੇਂ ਤੱਕ 5 ਮੌਤਾਂ ਹੋਈਆਂ ਸੀਗੀਆਂ, ਪਰ ਅੱਜ ਅਚਾਨਕ ਹੀ ਕਈ ਜ਼ਿਲ੍ਹਿਆਂ ਵਿਚ ਅੰਮ੍ਰਿਤਸਰ, ਤਰਨ ਤਾਰਨ ਤੇ ਬਟਾਲੇ ਦੇ ਵਿਚ ਇਹ ਮੌਤਾਂ ਹੋਈਆਂ ਨੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ। ਸਰਕਾਰ ਤਾਂ ਤਸਦੀਕ ਕਰਦੀ ਹੈ ਕਿ ਸਿਰਫ 21 ਮੌਤਾਂ ਹੋਈਆਂ ਨੇ ਜੀ, ਜਿਹੜੀ ਅਣਤਸਦੀਕ ਖ਼ਬਰਾਂ ਨੇ ਉਹਦੇ ਵਿਚ ਦਸਿਆ ਗਿਆ ਕਿ ਤਰਨ ਤਾਰਨ ਤੇ ਉਸ ਦੇ ਨਾਲ ਲੱਗਦੇ ਇਲਾਕੇ ਦੇ ਵਿਚ 23 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ, ਤੇ ਦਸਿਆ ਜਾਂਦਾ ਹੈ ਕਿ ਤਰਨ ਤਾਰਨ ਦੇ ਵਿਚ ਜਿਹੜੀ ਸਰਕਾਰੀ ਤੌਰ ਤੇ ਗੱਲ ਕਹੀ ਜਾ ਰਹੀ ਹੈ, ਤਰਨ ਤਾਰਨ ਦੇ ਵਿਚ 15 ਮੌਤਾਂ, ਅੰਮ੍ਰਿਤਸਰ ਚ 2, ਬਟਾਲਾ ਚ ਅੱਜ 2 ਮੌਤਾਂ ਹੋਈਆਂ ਜੀ, ਤੇ 2 ਦਿਨਾਂ ਦੇ ਵਿਚ ਜਿਹੜਾ ਹੈਗਾ ਅੰਮ੍ਰਿਤਸਰ ਚ 9 ਮੌਤਾਂ ਤੇ ਬਟਾਲਾ ਦੇ ਵਿਚ 6 ਮੌਤਾਂ ਹੋਈਆਂ ਨੇ ਜੀ। ਤੇ ਸਰਕਾਰੀ ਤੌਰ ਤੇ ਜਿਹੜੀ ਗਿਣਤੀ ਸਾਹਮਣੇ ਆਈ ਹੈ ਤੇ ਉਨ੍ਹਾਂ ਤਰੀਕਾਂ ਅਨੁਸਾਰ ਦੱਸੀਏ ਤਾਂ 29 ਜੁਲਾਈ ਨੂੰ ਮੁੱਛੜ ਪਿੰਡ ਦੇ ਵਿਚ 5 ਮੌਤਾਂ ਹੋਈਆਂ ਸੀਗੀਆਂ ਜੀ, ਤੇ 30 ਜੁਲਾਈ ਨੂੰ ਫੇਰ ਮੁੱਛੜ ਪਿੰਡ ਚ 5 ਮੌਤਾਂ ਹੋਈਆਂ, 30 ਜੁਲਾਈ ਨੂੰ ਬਟਾਲਾ ਚ 2 ਮੌਤਾਂ ਹੋਈਆਂ, 31 ਜੁਲਾਈ ਨੂੰ ਬਟਾਲਾ ਚ 5 ਮੌਤਾਂ ਹੋਈਆਂ, ਤੇ 31 ਜੁਲਾਈ ਨੂੰ ਹੀ 4 ਮੌਤਾਂ ਤਰਨ ਤਾਰਨ ਦੇ ਵਿਚ ਹੋਈਆਂ ਨੇ। ਇਹ ਇਕ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਮਦਭਾਗੀ ਖ਼ਬਰ ਹੈ ਜਿਹੜੀ ਅੱਜ ਸਾਨੂੰ ਦੇਖਣ ਨੂੰ ਮਿਲੀ ਹੈ, ਤੇ ਪਿੰਡ ਵਾਲੇ ਦੇ ਜਿਹੜੇ ਹੋਰ ਵੀ ਇਲਾਕੇ ਦੇ ਲੋਕ ਕਹਿੰਦੇ ਆ ਕਿ ਸ਼ਰਾਬ, ਨਜਾਇਜ਼ ਸ਼ਰਾਬ ਦੀਆਂ ਖ਼ਬਰਾਂ ਅਕਸਰ ਹੀ ਪੁਲਿਸ ਦੇ ਕੋਲ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਲੋਕ ਸ਼ਿਕਾਇਤ ਵੀ ਕਰਦੇ ਨੇ, ਪਰ ਅਫਸੋਸ ਦੀ ਗੱਲ ਇਹ ਹੈ ਕਿ ਪੁਲਿਸ ਵਾਲੇ ਇਹਨਾਂ ਨਜਾਇਜ਼ ਸ਼ਰਾਬ ਕੱਢਣ ਵਾਲੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਦੇ ਹੈਗੇ। ਅਸਲ ਚ ਚੰਗੀ ਸ਼ਰਾਬ ਪੁਲਿਸ ਵਾਲਿਆਂ ਕੋਲ ਜਾ ਵੜਦੀ ਹੈ, ਸਵਾਲ ਤਾਂ ਇਹ ਹੈ। ਇਹ ਵੀ ਗੱਲ ਸਹੀ ਹੈ, ਪਰ ਕਾਰਨ ਇਹੀ ਹੈ ਕਿ ਆਪਸ ਦੇ ਵਿਚ ਜਿਹੜੇ ਸ਼ਰਾਬ ਕੱਢਣ ਵਾਲੇ ਨੇ ਤੇ ਇਸ ਤੋਂ ਇਲਾਵਾ ਪੁਲਿਸ ਵਾਲਿਆਂ ਦੇ ਆਪਸੀ ਚੰਗੇ ਰਿਸ਼ਤੇ ਬਣੇ ਹੋਏ ਨੇ, ਇਸ ਤੋਂ ਇਲਾਵਾ ਜਿਹੜੇ ਸਿਆਸਤਦਾਨ ਨੇ ਉਨ੍ਹਾਂ ਦੀ ਛਤਰਛਾਇਆ ਵੀ ਮੌਜੂਦ ਹੈ। ਸਾਨੂੰ ਯਾਦ ਹੋਊਗਾ ਕਿ ਪਿਛਲੇ ਦਿਨੀ ਜਦੋਂ ਲਾਕਡਾਊਨ ਸੀਗਾ, ਪਟਿਆਲੇ ਜ਼ਿਲ੍ਹੇ ਦੇ ਵਿਚ ਇਕ ਨਜਾਇਜ਼ ਫੈਕਟਰੀ ਮਿਲੀ ਸੀਗੀ, ਉਥੇ ਵੀ ਨਜਾਇਜ਼ ਸ਼ਰਾਬ ਬਣਦੀ ਸੀਗੀ, ਤੇ ਇਹ ਤਾਂ ਜਿਹੜੀ ਇਸ ਇਲਾਕੇ ਦੇ ਵਿਚ ਅੰਮ੍ਰਿਤਸਰ ਜਾਂ ਤਰਨ ਤਾਰਨ ਦੇ ਵਿਚ ਮਿਲੀ ਹੈ, ਇਹ ਤਾਂ ਬਿਲਕੁਲ ਘੱਟੀ ਕੱਟੀ ਹੋਈ ਹੈ, ਬਲੈਡਰਾਂ ਦੇ ਵਿਚ ਲੋਕ ਵੇਚਦੇ ਆ, ਹੋਰ ਕਈ ਤਰੀਕੇ ਨਾਲ ਇਹ ਸ਼ਰਾਬ ਵੇਚਦੇ ਆ, ਪਰ ਉਥੇ ਤਾਂ ਬੜੀ ਸੀਲਬੰਦ ਜਿਹੜੀਆਂ ਪ੍ਰਚਲਿਤ ਆਪਣੀਆਂ ਕਹਿ ਸਕਦੀਆਂ ਬ੍ਰਾਂਡ ਨਹੀਂ ਉਸ ਤਰ੍ਹਾਂ ਦੀ ਸ਼ਰਾਬ ਵੇਚੀ ਜਾ ਰਹੀ ਸੀਗੀ, ਤੇ ਪਿੱਛੇ ਜੇ ਲੁਧਿਆਣੇ ਦੇ ਵਿਚ ਵੀ ਪਤਾ ਲੱਗਿਆ ਕਿ ਬਹੁਤ ਮਹਿੰਗੀਆਂ ਜਿਹੜੀਆਂ ਬੋਤਲਾਂ 2-3 4-4 ਹਜ਼ਾਰ ਦੀਆਂ ਨੇ, ਉਹ 2-2 250 ਰੁਪਏ ਦੇ ਵਿਚ ਭਰ ਦਿੱਤੀਆਂ ਜਾਂਦੀਆਂ ਸੀਗੀਆਂ, ਇੱਕ ਕੈਪਸੂਲ ਜਾਂ ਟੀਕੇ ਨਾਲ ਭਰ ਜਾਂਦੀ ਹੈ ਬੋਤਲ ਅੱਜਕੱਲ। ਹਾਂਜੀ ਹਾਂ, ਤੇ ਇਸ ਤਰੀਕੇ ਨਾਲ ਵੇਚੀ ਜਾ ਰਹੀ ਸੀਗੀ, ਤੇ ਇਸ ਸਬੰਧ ਵਿਚ ਹੁਣ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੱਲੋਂ ਵੀ ਸਿਆਸੀ ਸ਼ੁਰੂ ਕਰ ਦਿੱਤੀ ਹੈ। ਅਕਾਲੀ ਦਲ ਨੇ ਤਾਂ ਇਹ ਮੰਗ ਵੀ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਸੁਪਰੀਮ ਹਾਈ ਕੋਰਟ ਦੇ ਜੱਜ ਤੋਂ ਹੋਣੀ ਚਾਹੀਦੀ ਹੈ, ਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਜਿਹੜੇ ਲੋਕ ਮਰ ਕੇ ਨੇ ਸ਼ਰਾਬ ਦੇ ਕਾਰਨ, ਉਨ੍ਹਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਈਏ ਤੇ ਇਕ ਇਕ ਜੀ ਨੂੰ ਨੌਕਰੀ ਵੀ ਦਿੱਤੀ ਜਾਣੀ ਚਾਹੀਦੀ ਹੈ, ਤੇ ਹੁਣ ਇਹ ਸਾਰਾ ਕੁਛ
ਘਟਨਾਕ੍ਰਮ ਜੋ ਵਾਪਰਿਆ ਜਿਹੜੇ ਪਿਛਲੇ 10 ਸਾਲਾਂ ਚ ਚਿੱਟੇ ਨਾਲ ਮਰਿਆ ਜੀ ਉਹਨਾਂ ਦੇ ਪਰਿਵਾਰ ਨੂੰ ਕਿੰਨੀ ਕੁ ਨੌਕਰੀ ਮਿਲ ਗਈ ਤੇ ਕਿੰਨਾ ਕੁ ਐਕਸਗ੍ਰੇਸ਼ੀਆ ਜਾਂ ਹੋਰ ਤਰ੍ਹਾਂ ਦੀ ਸਹੂਲਤ ਮਿਲ ਗਈ। ਮੈਂ ਇਹੀ ਗੱਲ ਕਹਿਣ ਲੱਗਿਆ ਸੀਗਾ ਕਿ ਇਹ ਗੱਲ ਠੀਕ ਹੈ ਕਿ ਜਿਨ੍ਹਾਂ ਦੇ ਮਾਰੇ ਗਏ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਹੈ, ਪਰ ਪਿਛਲੇ ਸਮੇਂ ਦੌਰਾਨ ਚਾਹੇ ਕਾਂਗਰਸ ਦੀ ਸਰਕਾਰ ਹੈ ਚਾਹੇ ਅਕਾਲੀ ਦਲ ਦੀ ਸਰਕਾਰ ਹੈ, ਉਸ ਦੌਰਾਨ ਚਿੱਟੇ ਵਾਲੇ ਕਿੰਨੇ ਮਰੇ ਨੇ, ਹੋਰ ਕਈ ਦੇਸ਼ਾਂ ਦੇ ਨਾਲ ਕਿੰਨੇ ਨੌਜਵਾਨ ਮਰ ਚੁੱਕੇ ਨੇ, ਕਈਆਂ ਦੇ ਬਾਹਾਂ ਦੇ ਵਿਚ ਹੀ ਸਰਿੰਜਾਂ ਰਹਿ ਗਈਆਂ ਨੇ ਤੇ ਉਹਨਾਂ ਨੂੰ ਹਾਲੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਹੈਗਾ। ਲੋਕ ਉਹਨਾਂ ਨੌਜਵਾਨਾਂ ਦੇ ਨੇ 30-35 ਲੱਖ ਕਈਆਂ ਦੇ ਉੱਤੇ ਕਰੋੜਾਂ ਰੁਪਏ ਖਰਚ ਦਿੱਤੇ ਤੇ ਮਾਪੇ ਬਿਲਕੁਲ ਕੰਗਾਲ ਹੋ ਗਏ ਨੇ ਤੇ ਉਹਨਾਂ ਨੂੰ ਕਦੇ ਆਰਥਿਕ ਸਹਾਇਤਾ ਨਹੀਂ ਮਿਲੀ, ਤਾਂ ਇਹ ਇਹਨਾਂ ਨੂੰ ਕਿਵੇਂ ਮਿਲ ਸਕਦੀ ਹੈ? ਸਿਰਫ ਗੱਲ ਇੱਥੇ ਤੱਕ ਸੀਮਤ ਨਹੀਂ ਹੈਗੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹੁਣ ਇਸ ਘਟਨਾਕ੍ਰਮ ਤੋਂ ਬਾਅਦ ਬੜੇ ਉਹਦੇ ਵਿਚ ਹਰਕਤ ਵਿਚ ਆ ਗਏ। ਉਨ੍ਹਾਂ ਨੇ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਨੂੰ ਕਿਹਾ ਕਿ ਮੈਜਿਸਟ੍ਰੇਟੀ ਜਾਂਚ ਇਸ ਚੀਜ਼ ਕਰਵਾਉਣੀ ਚਾਹੀਦੀ ਹੈ ਤੇ ਇਸ ਦੀ ਜਾਂਚ ਹੁਣ ਕਮਿਸ਼ਨਰ ਜਲੰਧਰ ਤੇ ਇਸ ਤੋਂ ਇਲਾਵਾ ਜੁਆਇੰਟ ਕਮਿਸ਼ਨਰ ਆਬਕਾਰੀ ਤੇ ਕਰ ਵਿਭਾਗ ਦੇ ਤੇ ਸਬੰਧਤ ਜ਼ਿਲ੍ਹਿਆਂ ਦੇ SSP ਵੀ ਕਰ ਰਹੇ ਨੇ ਤੇ ਦੇਖੋ ਇਸ ਜਾਂਚ ਤੋਂ ਬਾਅਦ ਕੀ ਸਾਹਮਣੇ ਆਉਂਦਾ। ਪਰ ਇਹ ਗੱਲ ਹਕੀਕਤ ਹੈ ਕਿ ਖਾਸ ਤੌਰ ਤੇ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਉਨ੍ਹਾਂ ਦੇ ਵਿਚ ਜੋ ਸ਼ਰਾਬ ਕੱਢੀ ਜਾਂਦੀ ਹੈ ਉਹ ਆਮ ਗਰੀਬ ਲੋਕਾਂ, ਮਜ਼ਦੂਰ ਜਮਾਤ ਜਾਂ ਹੋਰ ਗਰੀਬ ਲੋਕ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ ਤੇ ਇਸ ਸ਼ਰਾਬ ਦੇ ਵਿਚ ਬਹੁਤ ਹੀ ਜ਼ਹਿਰੀਲੇ ਤੱਤ ਪਾਏ ਜਾਂਦੇ ਆ ਤਾਂ ਜੋ ਛੇਤੀ ਤੋਂ ਛੇਤੀ ਬਣਾਈ ਜਾ ਸਕੇ ਤੇ ਇਸ ਸੰਬੰਧ ਵਿਚ ਪੁਲਿਸ ਨੂੰ ਬਹੁਤ ਜ਼ਿਆਦਾ ਚੌਕਸ ਹੋਣ ਦੀ ਲੋੜ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਪੁਲਿਸ ਹੀ ਇਨ੍ਹਾਂ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨਾਲ ਰਲੀ ਹੋਈ ਹੈ ਜੇ ਨਾ ਰਲੀ ਹੋਵੇ ਤਾਂ ਅਜਿਹੀਆਂ ਜਿਹੜੀਆਂ ਘਟਨਾਵਾਂ ਨਾ ਵਾਪਰਨ ਤੇ ਇਸ ਸੰਬੰਧ ਵਿਚ ਇਹ ਤਾਂ ਪੰਜਾਬ ਦੀ ਗੱਲ ਹੋ ਗਈ ਹੈ। ਇਕ ਹੋਰ ਨਵੀਂ ਖ਼ਬਰ ਇਹ ਵੀ ਆਈ ਹੈ ਕਿ ਆਂਧਰਾ ਪ੍ਰਦੇਸ਼ ਦਾ ਪ੍ਰਕਾਸ਼ਮ ਜਿਹੜਾ ਹਾਂਜੀ ਹਾਂ ਉਥੇ ਕੁਰੂ ਕੇਂਦੂ ਮੰਡਲ ਹੈ ਉਥੇ ਦੇ ਹੈੱਡਕੁਆਰਟਰ ਦੇ ਵਿਚ ਗੱਲ ਸਾਹਮਣੇ ਆਈ ਹੈ ਕਿ ਹੁਣ ਜਦੋਂ ਲਾਕਡਾਊਨ ਸੀਗਾ ਲਾਕਡਾਊਨ ਦੇ ਵਿਚ ਸ਼ਰਾਬ ਨਹੀਂ ਮਿਲਦੀ ਸੀਗੀ ਤਾਂ ਲੋਕਾਂ ਨੇ ਸੈਨੇਟਾਈਜ਼ਰ ਨੂੰ ਪਾਣੀ ਦੇ ਵਿਚ ਜਾਂ ਕੋਰੋਨਾ ਹਟਾਉਣ ਵਾਸਤੇ ਨਹੀਂ ਪੀਤੀ। ਮੈਂ ਤਾਂ ਸੋਚਿਆ ਕਿ ਕੋਰੋਨਾ ਹਟਾਉਣ ਵਾਸਤੇ ਪੀਤੀ ਹੈ। ਚਲੋ ਉਹਨਾਂ ਨੇ ਪੀਤੀ ਤਾਂ ਕੋਰੋਨਾ ਹਟਾਉਣ ਵਾਲੀ, ਪਰ ਉਹ ਆਪ ਹੀ ਹਟ ਗਏ ਇਸ ਮਾਮਲੇ ਦੇ ਵਿਚ। 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਗੱਲ ਕਰਕੇ ਪੰਜਾਬ ਵਾਲਿਆਂ ਨੂੰ ਵੀ ਇਹ ਗੱਲ ਸਿੱਖ ਲੈਣੀ ਚਾਹੀਦੀ ਹੈ ਕਿ ਜੋ ਸਪਿਰਿਟ ਹੈ ਜਾਂ ਇਹ ਸੈਨੇਟਾਈਜ਼ਰ ਨੇ ਕਿਤੇ ਉਸ ਨੂੰ ਸ਼ਰਾਬ ਵਾਂਗੂ ਜਾਂ ਕੋਰੋਨਾ ਹਟਾਉਣ ਵਾਂਗੂ ਪੀਣ ਨਾ ਲੈਣ ਕਿ ਜਿਸ ਤਰੀਕੇ ਨਾਲ ਇਹ ਘਟਨਾ ਆਂਧਰਾ ਪ੍ਰਦੇਸ਼ ਚ ਵਾਪਰੀ ਹੈ ਉਹ ਜਿਹੀ ਘਟਨਾ ਇੱਥੇ ਪੰਜਾਬ ਵਿਚ ਨਾ ਵਾਪਰ ਜਾਵੇ। ਸਹੀ ਸਥਿਤੀ ਤਾਂ ਇਹੋ ਜਿਹੀ ਹੈ ਜੀ, ਪੰਜਾਬ ਦੇ ਵਿਚ ਵੀ ਕੁਛ ਵੀ ਵਾਪਰ ਸਕਦਾ ਤੇ ਕੁਛ ਵੀ ਆਪਾਂ ਕਹਿ ਸਕਦੇ ਹਾਂ ਸੋਰੀ ਜੀ ਕਿ ਕਿਸੇ ਦੇ ਉੱਤੇ ਵੀ ਸਵਾਲ ਖੜੇ ਹੋ ਸਕਦੇ। ਪਰ ਅੱਗੇ ਦੇਖੀਏ ਕਿ ਜੋ ਕੁਛ ਵਰਤਾ ਰਹੇ ਨੇ ਸਾਡੇ ਮੁਲਕ ਦੇ ਕਿੰਨੇ ਅਸੀਂ ਗੈਰ ਜ਼ਿੰਮੇਵਾਰ। ਹੁਣ ਜਿਹੜੇ ਬੰਦਿਆਂ ਨੇ ਦਾਰੂ ਖਰੀਦੀ ਹੋ ਪੈਸੇ ਤਾਂ ਲਾਏ ਹੋਣਗੇ, ਜੇ ਸੈਨੇਟਾਈਜ਼ਰ ਵਾਲਿਆਂ ਦੀ ਗੱਲ ਕਰਦੇ ਪੈਸੇ ਉਨ੍ਹਾਂ ਨੇ ਵੀ ਲਾਏ ਹੋਣੇ। ਉਨ੍ਹਾਂ ਨੇ ਜੇ ਤਾਂ ਸੈਨੇਟਾਈਜ਼ਰ ਗਲਤ ਤਰੀਕੇ ਨਾਲ ਪੀ ਰਿਹਾ, ਹਾਲਾਂਕਿ ਇਸ ਦੀ ਪੜਚੋਲ ਹੋਣੀ ਬਾਕੀ ਹੈ, ਮੀਡੀਆ ਕੁਛ ਗੱਲ ਨੂੰ ਅਧਿਕ ਸੁਣ ਕੇ ਗਾਂਹ ਕਰ ਦਿੰਦਾ, ਅਸੀਂ ਗਾਹਾਂ ਰੌਲਾ ਰੱਪਾ ਪਾ ਲੈਂਦੇ ਹਾਂ ਤੇ ਤੈਅ ਤੱਕ ਜਾਂਦੇ ਨੀ। ਤੇ ਜੇ ਅਗਲੇ ਨੇ ਪੈਸੇ ਵੀ ਪੂਰੇ ਦਿੱਤੇ ਹੋਏ ਤੇ ਸ਼ਰਾਬ ਵੀ ਉਹੀ ਮੰਗੀ ਹੋਈ ਜਿਹੜਾ ਬ੍ਰਾਂਡ ਹੈ ਤੇ ਵਿਚੋਂ ਵੀ ਕੁਛ ਗਲਤ ਨਿਕਲ ਗਈ ਹੋਈ, ਫੇਰ ਕੀ ਕਹਿਣਾ? ਤੇ ਆ ਜਿਹੜਾ ਕੋਰੋਨਾ ਵਾਲੇ ਆ ਜਿਹੜਾ ਦਾ ਤੁਸੀਂ ਜ਼ਿਕਰ ਕੀਤਾ ਸੈਨੇਟਾਈਜ਼ਰ ਵਾਲੇ, ਇਹ ਤਾਂ ਉਦੋਂ ਵੱਡਾ ਸਵਾਲ ਹੈ ਕਿ ਲੋਕ ਕਿੱਡੇ ਬੇਵਕੂਫ ਤੁਰੇ ਫਿਰਦੇ ਜੀ ਆਪਣੇ ਮੁਲਕ ਚ। ਵੈਸੇ ਤਾਂ ਹੈਗੇ ਹੀ ਆ, ਪਰ ਦੇਖਦੇ ਆ। ਦੇਖੋ ਇਸ ਗੱਲ ਦਾ ਬੜਾ ਪ੍ਰਚਾਰ ਵੀ ਹੋ ਰਿਹਾ ਕਿ ਜੇਕਰ ਇਹ ਸੈਨੇਟਾਈਜ਼ਰ ਹੱਥਾਂ ਤੋਂ ਉੱਤੇ ਕੀਟਾਣੂ ਮਾਰ ਸਕਦਾ ਤਾਂ ਸ਼ਰਾਬ ਜਿਹੜਾ ਕੋਰੋਨਾ ਦੇ ਵਿਸ਼ਾਣੂ ਨੂੰ ਕਿਉਂ ਨਹੀਂ ਮਾਰ ਦਿੰਦਾ ਹੈਗਾ। ਸ਼ਰਾਬੀਆਂ ਵੱਲੋਂ ਇਸ ਗੱਲ ਦਾ ਪ੍ਰਚਾਰ ਕੀਤਾ ਜਾਂਦਾ ਤੇ ਇਸ ਗੱਲ ਕਰਕੇ ਉਨ੍ਹਾਂ ਵੱਲੋਂ ਖੁੱਲ ਵੀ ਲਈ ਜਾਂਦੀ ਹੈ ਇਸ ਮਾਮਲੇ ਦੇ ਵਿਚ ਤੇ ਕਈ ਗਰੀਬ ਲੋਕ ਨੇ ਉਸ ਗੱਲ ਨੂੰ ਗਲਤ ਸਮਝ ਬੈਠਦੇ ਆ ਤੇ ਉਨ੍ਹਾਂ ਵੱਲੋਂ ਹੋ ਸਕਦਾ ਕਿਸੇ ਨੇ ਇਹ ਕਹਾਣੀ ਸੁਣ ਲਈ ਹੋਵੇ, ਕਿਸੇ ਨੇ ਕਹਿ ਦਿੱਤਾ ਹੋਵੇ ਜੇਕਰ ਇਹ ਕੀਟਾਣੂ ਮਾਰ ਸਕਦਾ ਤੇ ਅੰਦਰੋਂ ਵੀ ਜਿਹੜਾ ਹੈਗਾ ਕੋਰੋਨਾ ਦੇ ਕੀਟਾਣੂ ਮਾਰ ਸਕਦਾ ਤੇ ਉਹ ਆਪਣੇ ਮੁਲਕ ਚ। ਹਾਂਜੀ ਹਾਂ, ਦੇਸੀ ਸਾਇੰਟਿਸਟ ਖਾਸ ਤੌਰ ਤੇ ਨੀਮ ਹਕੀਮ ਜਿਹੜੇ ਖਤਰਾ ਜਾਤ ਬਣੇ ਹੋਏ ਨੇ ਉਹ ਬਹੁਤ ਲੋਕਾਂ ਨੂੰ ਇਸ ਤਰੀਕੇ ਨਾਲ ਮੌਤ ਦੀ ਨੀਂਦ ਸਵਾ ਦਿੰਦੇ ਨੇ ਤੇ ਇਨ੍ਹਾਂ ਖਿਲਾਫ਼ ਖਾਸ ਤੌਰ ਤੇ ਵਿਸ਼ੇਸ਼ ਮੁਹਿੰਮ ਚੱਲਣੀ ਚਾਹੀਦੀ ਹੈ। ਭਾਵੇਂ ਅਸੀਂ
ਇਹ ਦਾਅਵੇ ਕਰ ਸਕਦੇ ਹਾਂ ਕਿ ਅਸੀਂ ਬਹੁਤ ਪੜ੍ਹ ਲਿਖੇ ਹਾਂ ਤੇ ਬਹੁਤ ਸਾਡਾ ਵਿਗਿਆਨਕ ਸੋਚ ਹੋ ਚੁੱਕੀ ਹੈ, ਪਰ ਦੇਖਣ ਵਿਚ ਇਹ ਆਇਆ ਕਿ ਕਈ ਮਾਮਲਿਆਂ ਦੇ ਵਿਚ ਅਸੀਂ ਬਹੁਤ ਜ਼ਿਆਦਾ ਪਛੜੇ ਹੋਏ ਹਾਂ। ਖਾਸ ਤੌਰ ਤੇ ਜਿੰਨੇ ਵੀ ਪਛੜੇ ਸੂਬੇ ਨੇ ਉਨ੍ਹਾਂ ਵਿਚ ਤਾਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕੀਤੀ ਜਾਂਦੀਆਂ ਨੇ ਜੋ ਜਦੋਂ ਅਸੀਂ ਉਸ ਗੱਲਾਂ ਸਾਹਮਣੇ ਆਉਂਦੀਆਂ ਤੇ ਅਸੀਂ ਆਪਣੇ ਆਪ ਵਿਚ ਸ਼ਰਮਸਾਰ ਹੋ ਜਾਂਦੇ ਹਾਂ। ਤੇ ਖਾਸ ਤੌਰ ਤੇ ਕੋਰੋਨਾ ਦੇ ਮਾਮਲੇ ਦੇ ਵਿਚ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿਚ ਅੰਧ ਵਿਸ਼ਵਾਸ ਫੈਲਾਇਆ ਜਾ ਰਿਹਾ, ਜਿਸ ਤਰੀਕੇ ਨਾਲ ਕੁਛ ਗੱਲਾਂ ਕਹੀ ਜਾਂਦੇ ਨੇ, ਕਈ ਥਾਵਾਂ ਤੇ ਤਾਂ ਬਲੀ ਤੱਕ ਦੇਣ ਦੀਆਂ ਗੱਲਾਂ ਹੋਈਆਂ ਨੇ, ਤੇ ਇਹ ਬਹੁਤ ਹੀ ਮੰਦਭਾਗੀ ਗੱਲ ਕਹੀ ਜਾ ਸਕਦੀ ਹੈ ਜੀ। ਤੇ ਕੋਰੋਨਾ ਦਾ ਨਵਾਂ ਰਿਕਾਰਡ ਬਣ ਗਿਆ, 55,000 ਤੋਂ ਵੱਧ ਕੇਸ ਆ ਗਏ ਜੀ ਅੱਜ। ਅੱਜ ਜਿਸ ਤਰੀਕੇ ਨਾਲ 55,078 ਕੇਸ ਆਏ ਨੇ ਤਾਂ ਉਸ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਵਿਚ ਕੁੱਲ ਗਿਣਤੀ 16,38,870 ਹੋ ਚੁੱਕੀ ਹੈ ਜੀ, ਤੇ ਮੌਤਾਂ ਦੀ ਗਿਣਤੀ ਇਸ ਸਮੇਂ 35,747 ਹੋ ਚੁੱਕੀ ਹੈ ਜੀ, ਤੇ ਰੋਜ਼ਾਨਾ ਜਿਸ ਤਰੀਕੇ ਨਾਲ ਮੌਤਾਂ ਹੋ ਰਹੀਆਂ ਨੇ ਉਸ ਅਨੁਸਾਰ ਅੱਜ 779 ਮੌਤਾਂ ਭਾਰਤ ਦੇ ਵਿਚ ਹੋਈਆਂ ਨੇ। ਇਹ ਜਦ ਤੱਕ ਰਿਪੋਰਟ ਆਈ ਸੀਗੀ ਉਸ ਸਮੇਂ ਨੂੰ ਕਾਫ਼ੀ ਸਮਾਂ ਹੋ ਚੁੱਕਾ ਤੇ ਹੁਣ ਤੱਕ ਇਹ ਗਿਣਤੀ ਹੋਰ ਜ਼ਿਆਦਾ ਵੱਧ ਚੁੱਕੀ ਹੋਈ ਹੈ ਤੇ ਕੱਲ੍ਹ ਤੱਕ ਇਹ ਗਿਣਤੀ ਹੋਰ ਵੀ ਜ਼ਿਆਦਾ ਵੱਧ ਚੁੱਕੀ। ਇਹ ਬੜਾ ਚਿੰਤਾ ਦਾ ਵਿਸ਼ਾ ਹੈ ਤੇ ਇਸ ਤਰੀਕੇ ਨਾਲ ਜੇਕਰ ਪੂਰੇ ਦੁਨੀਆਂ ਦੀ ਗੱਲ ਕਰਦੇ ਹਾਂ ਤੇ ਉੱਥੇ ਵੀ ਬਹੁਤ ਸਥਿਤੀ ਭਿੰਕਰ ਬਣਦੀ ਜਾ ਰਹੀ ਹੈ ਤੇ ਇਸ ਸਮੇਂ 1,75,43,881 ਲੋਕ ਪੂਰੀ ਦੁਨੀਆਂ ਦੇ ਵਿਚ ਬਿਮਾਰ ਨੇ ਤੇ ਕੁੱਲ ਦੁਨੀਆਂ ਦੇ ਵਿਚ ਕੋਰੋਨਾ ਕਾਰਨ ਜੋ ਮੌਤਾਂ ਹੋਈਆਂ ਨੇ ਉਹ 6,77,980 ਨੇ। ਅਮਰੀਕਾ ਇਸ ਸਮੇਂ ਸਭ ਤੋਂ ਅੱਗੇ ਚੱਲ ਰਿਹਾ, ਉਹਦੇ ਵਿਚ ਬਿਮਾਰ ਲੋਕਾਂ ਦੀ ਗਿਣਤੀ 46,78,132 ਹੈ, ਮੌਤਾਂ ਉੱਥੇ 1,55,370 ਹੋ ਚੁੱਕੇ ਨੇ ਤੇ ਬ੍ਰਾਜ਼ਿਲ ਇਸ ਸਮੇਂ 26,13,899 ਹੈ ਤੇ ਉਥੇ ਮੌਤਾਂ 91,377 ਹੋ ਚੁੱਕੇ ਨੇ ਤੇ ਭਾਰਤ ਦੇ ਜੋ ਵੱਡੇ ਸ਼ਹਿਰ ਨੇ ਉਥੇ ਕੋਰੋਨਾ ਦੀ ਦਰ 17% ਹੈ ਵੱਡੇ ਸ਼ਹਿਰਾਂ ਦੇ ਵਿਚ ਤੇ ਰਾਸ਼ਟਰੀ ਪੱਧਰ ਦੇ ਉੱਤੇ ਕੁੱਲ ਜਿਹੜੀ ਕੋਰੋਨਾ ਦੀ ਦਰ ਹੈਗੀ ਆ ਉਹ 8.7% ਦੀ ਹੈ। ਸਾਡੇ ਹਿੰਦੁਸਤਾਨ ਦੇ ਵਿਚ 20 ਅਜਿਹੇ ਸ਼ਹਿਰ ਨੇ ਜਿੱਥੋਂ 49% ਮਰੀਜ਼ ਇਸ ਸਮੇਂ ਆ ਰਹੇ ਨੇ ਤੇ ਇੱਥੇ ਜਿਹੜੇ ਟੈਸਟਾਂ ਦੀ ਗਿਣਤੀ ਸਿਰਫ 24% ਹੋਈ ਹੈ ਤੇ ਇਹਨਾਂ 20 ਸ਼ਹਿਰਾਂ ਦੇ ਵਿਚ ਤੇ ਇਸੇ ਗੱਲ ਕਰਕੇ ਇੱਥੇ ਇਲਾਜ ਵੀ ਦੁੱਗਣੀ ਹੋ ਚੁੱਕੀ ਹੈ ਤੇ ਇਸੇ ਗੱਲ ਕਰਕੇ ਹਿੰਦੁਸਤਾਨ ਦੇ ਵਿਚ ਲਗਾਤਾਰ ਮਰੀਜ਼ ਵੱਧ ਰਹੇ ਨੇ। ਹਿੰਦੁਸਤਾਨ ਵੀ ਭਾਰਤ ਦੇ ਵਿਚ ਹੀ ਹੈ ਜੀ ਜਾਂ ਹੋਰ ਕਿਸੇ ਪਾਸੇ ਹੈ? ਇਹ ਹਿੰਦੁਸਤਾਨ ਨੂੰ ਅਸੀਂ ਭਾਰਤ ਵੀ ਕਹਿ ਲੈਂਦੇ ਹਾਂ, ਇੰਡੀਆ ਵੀ ਕਹਿ ਦਿੰਦੇ ਹਾਂ ਤੇ ਕਦੇ ਕਦੇ ਸਾਡੇ ਤੋਂ ਗਲਤੀ ਹੋ ਜਾਂਦੀ ਹੈ। ਮੈਂ ਤਾਂ ਪੁੱਛਿਆ, ਸਾਡੇ ਕਈ ਦੋਸਤਾਂ ਨੂੰ ਇਤਰਾਜ਼ ਹੈ ਇਸ ਗੱਲ ਦਾ, ਉਹਨਾਂ ਦਾ ਇਤਰਾਜ਼ ਸਿਰ ਮੱਥੇ ਤੇ ਅਸੀਂ ਕੋਸ਼ਿਸ਼ ਤਾਂ ਹਮੇਸ਼ਾ ਕਰਦੇ ਹਾਂ ਕਿ ਪਰਨਾਲਾ ਉੱਥੇ ਜਾ ਉੱਥੇ। ਹਾਂਜੀ ਹਾਂ ਤੇ ਬਸ ਫਿਰ ਵੀ ਚਲੋ ਹਾਂਜੀ ਅਸੀਂ ਅੱਗੇ ਗੱਲ ਤੇ ਚੱਲੀ। ਹਾਂਜੀ ਜੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਲੁਧਿਆਣੇ ਦੇ ਵਿਚ ਅੱਜ ਬੜਾ ਵਿਸਫੋਟ ਹੋਇਆ, ਧਮਾਕਾ ਹੋਇਆ, 226 ਕੇਸ ਸਾਹਮਣੇ ਆਏ ਹੈ ਤੇ ਉਥੇ 6 ਮੌਤਾਂ ਵੀ ਹੋ ਚੁੱਕੀਆਂ ਨੇ। ਦੂਜਾ ਸਥਾਨ ਜਲੰਧਰ ਦਾ, ਉਥੇ 100 ਤੋਂ ਵੱਧ ਮਰੀਜ਼ ਸਾਹਮਣੇ ਆਏ ਨੇ। ਅੰਮ੍ਰਿਤਸਰ ਤੋਂ 71 ਮਰੀਜ਼ ਸਾਹਮਣੇ ਆਏ ਨੇ ਤੇ 4 ਮੌਤਾਂ ਉਥੇ ਵੀ ਹੋਈਆਂ ਨੇ। ਬਰਨਾਲਾ ਦੇ ਵਿਚ 32 ਤੇ ਫਤਿਹਗੜ੍ਹ ਸਾਹਿਬ ਦੇ ਵਿਚ 12, ਹੁਸ਼ਿਆਰਪੁਰ ਦੇ ਵਿਚ 12 ਤੇ 1 ਮੌਤ ਵੀ ਹੋਈ ਹੈ ਤੇ ਫਾਜ਼ਿਲਕਾ ਦੇ ਵਿਚ 18 ਬਿਮਾਰ ਹੋਏ ਨੇ। ਇਸ ਤੋਂ ਇਲਾਵਾ ਨਵਾਂ ਸ਼ਹਿਰ ਦੇ ਵਿਚ ਜਿਹੜਾ ਹੈਗੇ ਇਕ DSP ਤੇ ਉਹਦੇ ਨਾਲ ਹੋਰ ਵੀ ਜਿਹੜੇ ਹੈਗੇ ਮਤਲਬ ਪੁਲਿਸ ਵਾਲੇ ਵੀ ਬਿਮਾਰ ਹੋ ਚੁੱਕੇ ਨੇ। ਤੇ ਇਹਦੇ ਨਾਲ ਇਕ ਹੋਰ ਵੀ ਆਪਾਂ ਖ਼ਬਰ ਦੱਸੀਏ ਕਿ DNC ਜਿਸ ਦੇ ਵਿਚ ਇਕ ਬਹੁਤ ਉਦਯੋਗਪਤੀ ਦੀ ਮੌਤ ਹੋਈ ਸੀ ਕਿਉਂਕਿ ਉਸ ਨੂੰ ਬੈੱਡ ਨਹੀਂ ਦਿੱਤਾ ਗਿਆ, ਅੱਜ ਯੂਥ ਵਿੰਗ ਅਕਾਲੀ ਦਲ ਦੇ ਵੱਲੋਂ ਉਥੇ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਇਸ ਭਾਵੇਂ ਇਨ੍ਹਾਂ ਦਾ ਤਾਂ ਕਾਰਨ ਪੋਲੀਟੀਕਲ ਹੋ ਸਕਦਾ ਪਰ ਕਹਿਣ ਤੋਂ ਭਾਵ ਇਹ ਹੈ ਕਿ ਹਿੰਦੁਸਤਾਨ ਦੇ ਵਿਚ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਨ੍ਹਾਂ ਦੀ ਕਾਫ਼ੀ ਬਦਨਾਮੀ ਹੋ ਚੁੱਕੀ ਹੈ
ਬਦਾਮੀ ਇਸ ਕਾਰਨ ਹੋ ਗਿਆ। ਇੱਕ ਤਾਂ ਉਹ ਇਹ ਕਹਿ ਦਿੰਦੇ ਵੀ ਸਾਡੇ ਕੋਲ ਬੈਟਰੀ ਹੈ, ਜੇਕਰ ਕਿਸੇ ਨੂੰ ਬੈਟਰੀ ਦੇ ਦਿੰਦੇ ਆ ਤਾਂ ਉਹਦੀ ਛਿੱਲ ਕਰ ਦਿੰਦੇ ਆ। ਛਿੱਲ ਇਸ ਹਿਸਾਬ ਨਾਲ ਲਾਈ ਜਾਂਦੀ ਹੈ ਕਿ ਇੱਕ ਮਰੀਜ਼ ਤੋਂ ਕਿਸੇ ਤੋਂ 30 ਲੱਖ ਰੁਪਇਆ ਲਿਆ ਜਾਂਦਾ, ਕਿਸੇ ਤੋਂ 20 ਲੱਖ ਲਿਆ ਜਾਂਦਾ, ਕਿਸੇ ਤੋਂ 15 ਲੱਖ ਰੁਪਇਆ ਲਿਆ ਜਾਂਦਾ। ਇਹ ਜੋ ਵਰਤਾਰਾ ਪ੍ਰਾਈਵੇਟ ਹਸਪਤਾਲਾਂ ਦਾ ਇਹ ਬਹੁਤ ਮੰਦਭਾਗ ਹੈ। ਇਹ ਸਿਰਫ ਪੰਜਾਬ ਦੇ ਵਿਚ ਨਹੀਂ ਹੈ, ਪੂਰੇ ਹਿੰਦੁਸਤਾਨ ਦੇ ਵਿਚ ਅਜਿਹਾ ਕੁਛ ਚੱਲ ਰਿਹਾ। ਤੇ ਹਾਲੇ ਕੋਰੋਨਾ ਸੰਕਟ ਹੈ, ਕੋਰੋਨਾ ਸੰਕਟ ਦੇ ਵਿਚ ਇਹ ਸਰਕਾਰਾਂ ਇਹਨਾਂ ਪ੍ਰਾਈਵੇਟ ਹਸਪਤਾਲਾਂ ਦੇ ਉਤੇ ਥੋੜੀ ਬਹੁਤੀ ਕਾਰਵਾਈ ਕਰ ਸਕਦੀਆਂ, ਬਹੁਤ ਜ਼ਿਆਦਾ ਕਾਰਵਾਈਆਂ ਨਹੀਂ ਕਰ ਸਕਦੀਆਂ। ਪਰ ਆਉਣ ਵਾਲੇ ਸਮੇਂ ਦੇ ਵਿਚ ਜਦੋਂ ਕੋਰੋਨਾ ਦੇ ਉਤੇ ਠੱਲ ਪੈ ਜੂਗੀ ਤਾਂ ਇਹਨਾਂ ਪ੍ਰਾਈਵੇਟ ਹਸਪਤਾਲਾਂ ਬਾਰੇ ਵੀ ਸੋਚਣਾ ਪਊਗਾ ਸਰਕਾਰ ਨੂੰ, ਤੇ ਇਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨੀ ਪਊਗੀ। ਕਿਉਂਕਿ ਅੱਜ ਹਿੰਦੁਸਤਾਨ ਦੇ ਨਹੀਂ ਪੂਰੀ ਦੁਨੀਆਂ ਦੇ ਵਿਚ ਸੰਕਟ ਹੈ। ਇਸ ਸੰਕਟ ਦੇ ਵਿਚ ਹਰ ਇਕ ਵਿਅਕਤੀ ਦੀ, ਹਰੇਕ ਖੇਤਰ ਦੇ ਵਿਅਕਤੀ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਲੋਕਾਂ ਨੂੰ ਵੀ ਸਹਿਯੋਗ ਦੇਈਏ, ਸਰਕਾਰ ਨੂੰ ਵੀ ਸਹਿਯੋਗ ਦੇਈਏ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਹਸਪਤਾਲ ਲੁੱਟ ਖਸੁੱਟ ਦਾ ਕੇਂਦਰ ਬਣ ਚੁੱਕੇ ਨੇ ਪ੍ਰਾਈਵੇਟ ਖਾਸ ਤੌਰ ਤੇ, ਤੇ ਇਸ ਸਬੰਧ ਵਿਚ ਸਰਕਾਰ ਨੂੰ ਬਹੁਤ ਜਿਹੜੇ ਹੈਗਾ ਸਖ਼ਤੀ ਕਰਨੀ ਚਾਹੀਦੀ ਹੈ ਤੇ ਇਹਨਾਂ ਹਸਪਤਾਲਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਬਿਲਕੁਲ, ਗੱਲ ਥੋੜੀ ਸਹੀ ਹੈ ਜੀ ਕਿ ਹਸਪਤਾਲਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਔਰ ਐਕਸ਼ਨ ਲੈਣੇ ਚਾਹੀਦੇ, ਪਰ ਲਵੇ ਕੌਣ ਜੀ? ਸਰਕਾਰ ਨੂੰ ਵੀ ਕਈ ਵਾਰੀ ਚੀਜ਼ਾਂ ਹੋਰ ਹਨ, ਉਹ ਜਦੋਂ ਐਕਸ਼ਨ ਲੈਣ ਜਾਂਦੇ ਅਗਲੇ ਗਾਂ ਕੁਛ ਹੋਰ ਦੇ ਦਿੰਦੇ ਹੱਥ ਚ, ਫਿਰ ਮੁੜੇ ਹੁੰਦੇ ਜੀ। ਉਹਦਾ ਕਾਰਨ ਇਹ ਹੈ ਕਿ ਅਸਲ ਦੇ ਵਿਚ ਪ੍ਰਾਈਵੇਟ ਸੈਕਟਰ ਹੈ, ਸਾਡੀ ਸਰਕਾਰ ਦੀ ਨੀਤੀ ਹੁਣ ਇਸ ਤਰੀਕੇ ਦੀ ਬਣ ਚੁੱਕੀ ਹੈ ਕਿ ਉਸ ਵੱਲੋਂ ਪ੍ਰਾਈਵੇਟ ਸੈਕਟਰ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਜੀ। ਪਰ ਠੀਕ ਹੈ, ਪ੍ਰਾਈਵੇਟ ਸੈਕਟਰ ਨੂੰ ਵੀ ਤਰਜੀਹ ਦਵੋ ਕਿਉਂਕਿ ਬਾਹਰਲੇ ਮੁਲਕਾਂ ਦੇ ਵਿਚ ਪ੍ਰਾਈਵੇਟ ਸੈਕਟਰ ਹੀ ਜ਼ਿਆਦਾ ਵੱਧ ਤੁਰ ਰਹੇ ਨੇ। ਪਰ ਇਹਦੇ ਨਾਲ ਨਾਲ ਇਹ ਵੀ ਇਕ ਹੁਣ ਖਾਸ ਚਰਚਾ ਦਾ ਵਿਸ਼ਾ ਜਾਂ ਬਹਿਸ ਦਾ ਵਿਸ਼ਾ ਕਿ ਸਰਕਾਰਾਂ ਸਰਕਾਰੀ ਹੈਲਥ ਸਿਸਟਮ ਦੇ ਉਤੇ ਕਿਉਂ ਵੱਧ ਪੈਸਾ ਨਹੀਂ ਲਗਾਉਂਦੀ ਹੈਗੀ। ਕੱਲ ਅਸੀਂ ਆਪਾਂ ਇਸ ਸਬੰਧ ਵਿਚ ਚਰਚਾ ਕੀਤੀ ਸੀ ਵੀ ਅਸੀਂ ਸਿਰਫ ਜੀ ਡੀ ਪੀ ਦਾ 2% ਹੀ ਹੈਲਥ ਸਿਸਟਮ ਦੇ ਉਤੇ ਲਗਾਉਂਦੇ ਹਾਂ, ਜਦਕਿ ਅਮਰੀਕਾ ਵਰਗੇ ਮੁਲਕ 14-15% ਹੈਲਥ ਸਿਸਟਮ ਦੇ ਉਤੇ ਲਗਾਉਂਦੇ ਆਪਣੀ ਜੀ ਡੀ ਪੀ ਦਾ। ਜਦ ਤੱਕ ਸਾਡੀਆਂ ਸਰਕਾਰਾਂ ਸਰਕਾਰੀ ਹੈਲਥ ਸਿਸਟਮ ਦੇ ਉਤੇ ਵੱਧ ਪੈਸਾ ਨਹੀਂ ਲਾਉਂਦੀਆਂ ਹੈਗੀਆਂ ਤਾਂ ਉਦੋਂ ਤੱਕ ਸਾਡੇ ਮੁਲਕ ਦੇ ਲੋਕਾਂ ਨੂੰ ਸਹੀ ਸਿਹਤ ਸੇਵਾਵਾਂ ਨਹੀਂ ਮਿਲਣਗੀਆਂ। ਇਹ ਸਿਹਤ ਸੇਵਾਵਾਂ ਦੇਣੀਆਂ ਸਰਕਾਰ ਦਾ ਫਰਜ਼ ਬਣਦਾ ਹੈ। ਜਿੰਨੇ ਵੀ ਕਲਿਆਣਕਾਰੀ ਰਾਜ ਹੁੰਦੇ ਨੇ ਉਹਦੇ ਵਿਚ ਚਾਹੇ ਹੈਲਥ ਸਿਸਟਮ ਹੁੰਦਾ, ਚਾਹੇ ਐਜੂਕੇਸ਼ਨ ਸਿਸਟਮ ਹੁੰਦਾ, ਤੇ ਉਸ ਦੇ ਉਤੇ ਵੱਧ ਤੋਂ ਵੱਧ ਪੈਸਾ ਲਗਾਇਆ ਜਾਂਦਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੀਆਂ ਸਰਕਾਰਾਂ ਦੀ ਤਰਜੀਹ ਕੁਛ ਹੋਰ ਬਣਦੀ ਜਾ ਰਹੀ ਹੈ ਤੇ ਇਹ ਕਲਿਆਣਕਾਰੀ ਰਾਜ ਦਾ ਜਿਹੜਾ ਬੁਨਿਆਦੀ ਸਿਧਾਂਤ ਹੁੰਦਾ ਉਹਨੂੰ ਭੁੱਲਦੀਆਂ ਜਾ ਰਹੀ ਹੈ ਜੀ। ਇਹ ਵੀ ਤੁਹਾਡੀ ਗੱਲ ਸਹੀ ਹੈ ਤੇ ਆਹ ਕੈਨੇਡਾ ਤੋਂ ਬਾਅਦ ਹੁਣ ਪੰਨੂ ਹੋਰਾਂ ਦਾ ਜਗਾੜ ਉੱਥੇ ਵੀ ਨਹੀਂ ਚੱਲਣਾ ਜੀ, ਬ੍ਰਿਟੇਨ ਚ ਵੀ? ਅਸਲ ਦੇ ਵਿਚ ਜੇਕਰ ਦੇਖਿਆ ਜਾਵੇ ਕੁਛ ਸਮੇਂ ਪਹਿਲਾਂ ਤੱਕ ਬਰਤਾਨੀਆ ਦੀ ਨੀਤੀ ਕੁਛ ਹੋਰ ਸੀ, ਹੁਣ ਕੁਛ ਸਮੇਂ ਤੋਂ ਇਹ ਤਬਦੀਲ ਹੋ ਚੁੱਕੀ। ਤੁਹਾਨੂੰ ਯਾਦ ਹੋਊਗਾ ਕਿ 12 ਅਗਸਤ 2018 ਨੂੰ ਸਿੱਖ ਫਾਰ ਜਸਟਿਸ ਨੇ ਇੰਗਲੈਂਡ ਦੇ ਵਿਚ ਇਕ ਵੱਡਾ ਸਮਾਗਮ ਕਰਨਾ ਸੀਗਾ। ਭਾਰਤ ਸਰਕਾਰ ਨੇ ਕਿਹਾ ਸੀਗਾ ਕਿ ਇਸ ਸਮਾਗਮ ਨੂੰ ਰੋਕਿਆ ਜਾਵੇ ਕਿਉਂਕਿ ਇਸ ਦੇ ਵਿਚ ਵੱਖਵਾਦੀ ਜਿਹੜੇ ਅੰਸਰ ਨੇ ਉਹ ਸਰਗਰਮ ਹੋਣਗੇ ਤੇ ਭਾਰਤ ਦੇ ਖਿਲਾਫ਼ ਪ੍ਰਚਾਰ ਕਰਨਗੇ, ਤਾਂ ਉਸ ਸਮੇਂ ਇੰਗਲੈਂਡ ਸਰਕਾਰ ਨੇ ਇਸ ਨੂੰ ਅਣਸੁਣੀ ਕਰ ਦਿੱਤਾ ਸੀਗਾ। ਪਰ ਹੁਣ ਇਹ ਦੇਖਿਆ ਹੈ ਕਿ ਬਰਤਾਨੀਆ ਸਰਕਾਰ ਦੇ ਜਿਹੜਾ ਵਿਦੇਸ਼ ਮੰਤਰਾਲਾ ਹੈ ਉਹਨੇ ਇਹ ਗੱਲ ਕਹੀ ਹੈ ਕਿ ਅਸੀਂ ਸਿੱਖ ਫਾਰ ਜਸਟਿਸ ਵੱਲੋਂ ਜਿਹੜੀਆਂ ਸਰਗਰਮੀਆਂ ਨੇ ਉਸ ਦਾ ਹਿੱਸਾ ਨਹੀਂ ਬਣ ਸਕਦੇ ਹੈਗੇ। ਇਸ ਤੋਂ ਪਹਿਲਾਂ ਕੈਨੇਡਾ ਨੇ ਵੀ ਕੀਤਾ ਸੀਗਾ, ਕੈਨੇਡਾ ਦੇ ਵਿਚ ਵੀ ਤੁਹਾਨੂੰ ਪਤਾ ਹੈ ਕਿ ਖਾਲਿਸਤਾਨ ਦੀ ਸਮੂਹ ਦੇ ਲੋਕ ਕਾਫ਼ੀ ਸਰਗਰਮ ਨੇ ਤੇ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਆਏ ਸੀਗੇ ਤਾਂ ਉਹਨਾਂ ਦਾ ਜਿਹੜਾ ਸਵਾਗਤ ਹੋਰਨਾਂ ਪ੍ਰਧਾਨ ਮੰਤਰੀਆਂ ਵਾਂਗੂ ਨਹੀਂ ਹੋਇਆ ਸੀਗਾ। ਉਸ ਦੇ ਪਿੱਛੇ ਕਾਰਨ ਇਹ ਸੀਗਾ ਕਿ ਉਨ੍ਹਾਂ ਦੇ ਉੱਤੇ ਦੋਸ਼ ਲੱਗਦਾ ਸੀਗਾ ਕਿ ਉਨ੍ਹਾਂ ਦੀ ਪਾਰਟੀ ਤੇ ਉੱਥੇ ਦੀ ਸਰਕਾਰ ਖਾਲਿਸਤਾਨੀ ਸੋਚ ਦੇ ਲੋਕਾਂ ਨੂੰ ਹੱਲਾਸ਼ੇਰੀ ਕਰਦੀ ਹੈ ਤੇ ਹੁਣ ਜਿਹੜਾ ਹੈ ਕੈਨੇਡਾ ਸਰਕਾਰ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਉਹ ਸਿੱਖ ਫਾਰ ਜਸਟਿਸ ਵੱਲੋਂ ਜੋ ਰੈਫਰੈਂਡਮ ਕਰਵਾਇਆ ਜਾ ਰਿਹਾ
ਉਸ ਨੂੰ ਮਾਨਤਾ ਨਹੀਂ ਦੇਵੇਗੀ। ਇਸ ਗੱਲ ਕਰਕੇ ਹੁਣ ਜਿੰਨੇ ਵੀ ਪੱਛਮੀ ਮੁਲਕ ਨੇ ਹੁਣ ਸਿੱਖ ਫਾਰ ਜਸਟਿਸ ਦੇ ਰੈਫਰੈਂਡਮ ਨੂੰ ਮਾਨਤਾ ਦੇਣ ਤੋਂ ਇਨਕਾਰੀ ਹੋ ਰਹੇ ਨੇ, ਤੇ ਇਸ ਗੱਲ ਕਰਕੇ ਇਹ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਪੰਨੂ ਸਾਹਿਬ ਨੂੰ ਇੱਕ ਵੱਡਾ ਝਟਕਾ ਲੱਗਿਆ। ਅਸਲ ਦੇ ਵਿਚ ਪੰਨੂ ਸਾਹਿਬ ਨੂੰ ਨਹੀਂ ਲੱਗਿਆ, ਉਹਨਾਂ ਦੇ ਕਾਰੋਬਾਰ ਨੂੰ ਲੱਗਿਆ, ਕਿਉਂਕਿ ਗੁਰਪਤਵੰਤ ਸਿੰਘ ਪੰਨੂ ਹੋਰੇ ਜਿਹੜੇ ਤਰੀਕੇ ਨਾਲ ਕੰਮ ਕਰ ਰਹੇ ਨੇ ਸਿੱਖ ਫਾਰ ਜਸਟਿਸ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ, ਸਿੱਖਾਂ ਦੇ ਮੁੱਦੇ ਕਿੰਨੇ ਨੇ, ਇਸ ਗੱਲ ਨਾਲ ਜੁੜਿਆ ਸਵਾਲ ਤਾਂ ਬਹੁਤ ਸਾਰੀ ਸਾਹਮਣੇ ਆਉਂਦਾ, ਤੇ ਪਰ ਨਾਲ ਇਹ ਵੀ ਹੈ ਨਾ ਜੀ ਕਿ ਉਹਨਾਂ ਦਾ ਕਾਰੋਬਾਰ ਵੀ ਤਾਂ ਅਪ ਹੋ ਰਿਹਾ। ਉੱਥੇ ਮੈਂ ਬਹੁਤ ਸਾਰੇ ਇਹੋ ਜਿਹੇ ਸੱਜਣਾਂ ਨੂੰ ਜਾਣਦਾ ਜਿਹੜੇ ਕਹਿੰਦੇ ਆ ਕਿ ਭਾਈ ਬਾਕੀਆਂ ਦੇ ਨਾਲੋਂ ਸਭ ਤੋਂ ਵੱਧ ਜਿਹੜੇ ਪੈਸੇ ਨੇ ਅਮਰੀਕਾ ਦੇ ਵਿਚ ਪੱਕੇ ਕਰਾਉਣ ਦਾ ਕੰਮ ਹੈ ਨਾ, ਫਾਰਮ ਫੁਰਮ ਭਰ ਕੇ, ਉਹ ਪੰਨੂ ਸਾਹਿਬ ਦੀ ਫਰਮ ਨੂੰ ਹੀ ਮਿਲਦੇ ਆ, ਕਿਉਂਕਿ ਮਸ਼ਹੂਰ ਹੋ ਜਾਂਦਾ ਨਾ ਬੰਦਾ, ਤੁਸੀਂ ਹੋ ਹੁਣ ਤੁਸੀਂ ਮਸ਼ਹੂਰ ਹੋ, ਜੇ ਤੁਸੀਂ ਨਾਲ ਤੁਹਾਡਾ ਕੋਈ ਹੋਰ ਕੰਮ ਹੋਵੇ ਜੀ ਵਧੀਆ ਹੀ ਚੱਲੂਗਾ ਬਾਕੀ ਇਹਨਾਂ ਨੂੰ। ਠੀਕ ਹੈ ਠੀਕ ਹੈ, ਪਰ ਆਪਾਂ ਇਹ ਕਹਿ ਸਕਦੇ ਹਾਂ ਪੰਨੂ ਸਾਹਿਬ ਜੋ ਵੀ ਕਰ ਰਹੇ ਨੇ ਉਹਨਾਂ ਦਾ ਆਪਣਾ ਕੋਈ ਵਿਚਾਰ ਹੋਊਗੀ, ਆਪਣੀ ਸੋਚ ਹੋਊਗੀ, ਪਰ ਇਸ ਦੇ ਨਾਲ ਪੰਜਾਬ ਦੇ ਮੁੰਡਿਆਂ ਦਾ ਜੋ ਨੁਕਸਾਨ ਹੋ ਰਿਹਾ ਉਸ ਨੂੰ ਵੀ ਧਿਆਨ ਚ ਰੱਖਣਾ ਚਾਹੀਦਾ। ਕੁਛ ਨੌਜਵਾਨ ਉਹਨਾਂ ਜੋ ਖਾਲਿਸਤਾਨੀ ਸੋਚ ਦੇ ਲੋਕ ਨੇ ਉਹਨਾਂ ਦੀਆਂ ਗੱਲਾਂ ਦੇ ਵਿਚ ਆ ਜਾਂਦੇ ਨੇ, ਬਹੁਤ ਸਾਰੇ ਲੋਕ ਜਿਹੜੇ ਹੈਗੇ ਬਹਿਕਾਵੇ ਦੇ ਵਿਚ ਆ ਜਾਂਦੇ ਨੇ, ਇਸ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਬਹੁਤ ਜ਼ਿਆਦਾ ਲਾਭ ਉਠਾਉਂਦੀ ਹੈ, ਤੇ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਹੈ ਕਿ ਕੁਛ ਲੋਕਾਂ ਨੂੰ ਡਰੋਨ ਰਾਹੀਂ ਹਥਿਆਰ ਪਹੁੰਚ ਰਹੇ ਸੀਗੇ, AK-47 ਪਹੁੰਚ ਰਹੀ ਸੀਗੀ, ਤੇ ਇਸ ਦੇ ਨਾਲ ਹੈਗਾ ਅਸਲਾ ਤੇ ਹੋਰ ਬੜਾ ਕੁਛ ਪਹੁੰਚ ਰਿਹਾ ਸੀਗਾ। ਆਖਿਰਕਾਰ AK-47 ਜਾਂ ਹੋਰ ਰਾਈਫਲਾਂ ਦਾ ਉਨ੍ਹਾਂ ਨੇ ਕਿੱਥੇ ਇਸਤੇਮਾਲ ਕਰਨਾ ਸੀਗਾ? ਉਹ ਹਿੰਦੁਸਤਾਨ ਦੇ ਵਿਚ ਕਰਨਾ ਸੀਗਾ, ਪੰਜਾਬ ਦੇ ਵਿਚ ਕਰਨਾ ਸੀਗਾ, ਕੁਛ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸੀਗਾ। ਉਹ ਜੋ ਨਿਸ਼ਾਨਾ ਬਣ ਜਾਂਦੇ ਤਾਂ ਪੰਜਾਬ ਦਾ ਮਾਹੌਲ ਫਿਰ ਜਿਹੜਾ ਹੈ ਖਰਾਬ ਹੋ ਜਾਣਾ ਸੀਗਾ, ਤੇ ਖਰਾਬ ਹੋਣ ਦੇ ਨਾਲ ਉਹ ਨੌਜਵਾਨ ਵੀ ਫੜੇ ਜਾਂਦੇ ਆ, ਹੁਣ ਵੀ ਫੜੇ ਗਏ, ਉਹਨਾਂ ਨੂੰ ਹੁਣ ਜਿਹੜਾ ਹੈਗਾ ਜੇਲ੍ਹਾਂ ਕੱਟਣੀਆਂ ਪੈ ਰਹੀਆਂ ਨੇ, ਤੇ ਉਹ ਜਿਹੜਾ ਹੈ ਵਿਦੇਸ਼ਾਂ ਦੇ ਵਿਚੋਂ ਬਹਿ ਕੇ ਬਿਆਨ ਦੇਣੇ ਬੜੇ ਸੌਖੇ ਹੁੰਦੇ ਨੇ, ਪਰ ਹਕੀਕਤ ਦੇ ਵਿਚ ਕੀ ਹੁੰਦਾ ਇਹ ਦੇਖਣ ਵਾਲੀ ਕਰਦਾ, ਉਹ ਪੰਜਾਬ ਦੇ ਮੁੰਡਿਆਂ ਦਾ ਹੀ ਨੁਕਸਾਨ ਹੁੰਦਾ। ਜੀ ਬਿਲਕੁਲ ਸਹੀ ਗੱਲ ਹੈ ਜੀ, ਪੰਜਾਬ ਦੇ ਮੁੰਡਿਆਂ ਦਾ ਹੁੰਦਾ, ਪੰਜਾਬ ਦੀਆਂ ਜਾਨਾਂ ਦਾ ਹੁੰਦਾ, ਜਗਾੜ ਹੋਰਾਂ ਦੇ ਚਲਦੇ, ਕਿਉਂਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਐਫਰਟ ਨਹੀਂ ਮਤਲਬ ਇਹ ਖੁੱਲ੍ਹ ਨਹੀਂ ਦੇ ਸਕਦੇ, ਕਿਉਂਕਿ ਇੱਥੇ ਦੇ ਲੋਕਾਂ ਨੇ 80 ਦਾ ਦਹਾਕਾ 90 ਦਾ ਦਹਾਕਾ ਪਿੰਡੇ ਤੇ ਹੰਡਾਇਆ ਹੋਇਆ, ਤੇ ਇੱਕ ਸਮਾਂ ਇਹ ਹੁੰਦਾ ਸੀਗਾ ਕਿ ਪੰਜਾਬ ਦੇ ਵਿਚ ਅਸੀਂ ਤਾਂ ਪੱਤਰਕਾਰੀ ਦੇ ਵਿਚ ਲੱਗੇ ਹੋਏ ਸੀਗੇ, ਤਾਂ ਅਸੀਂ ਦੇਖਦੇ ਸੀਗੇ ਅੱਜ ਕੀ ਲੀਡ ਬਣਦੀ ਹੈ, ਤਾਂ ਲੀਡ ਕੀ ਬਣਦੀ ਹੁੰਦੀ ਸੀਗੀ, ਅੱਜ 25 ਮਰ ਗਏ, ਅੱਜ 27 ਮਰ ਗਏ, ਅੱਜ 30 ਮਰ ਗਏ, 34 ਮਰ ਗਏ, ਜਦ ਕਾਫੀ ਜ਼ਿਆਦਾ ਮਰ ਜਾਂਦੇ ਸੀ ਤਾਂ ਵੱਡਾ ਬੈਨਰ ਵੀ ਲੱਗ ਜਾਂਦਾ ਸੀਗਾ ਕਾਲੇ ਰੰਗ ਦੇ ਵਿਚ, ਤੇ ਪੱਤਰਕਾਰੀ ਵੀ ਇਸ ਗੱਲ ਤੇ ਨਿਰਭਰ ਕਰਦੇ ਸੀਗੇ ਕਿ ਅੱਜ ਕੋਈ ਹੋਰ ਖ਼ਬਰ ਤਾਂ ਹੈ ਹੀ ਨਹੀਂ ਗਈ, ਕਿ ਇਸ ਖ਼ਬਰ ਵਾਸਤੇ 4 ਕਾਲਮ ਨਿਸ਼ਚਿਤ ਕੀਤੇ ਹੋਏ ਸੀਗੇ ਸਾਰੇ ਅਖਬਾਰਾਂ ਦੇ ਵਿਚ। ਤੇ ਇਸ ਤੋਂ ਇਲਾਵਾ ਇਕ ਹੋਰ ਵੀ ਗੱਲ ਸੀਗੀ, ਮਾਪੇ ਇੰਨੇ ਡਰਦੇ ਸੀਗੇ ਕਿ ਉਹ ਆਪਣੇ ਮੁੰਡੇ ਨੂੰ, ਤੁਸੀਂ ਨਾ ਉਹ ਦੌਰ ਦੀ ਗੱਲ ਛੇੜ ਲਈ, ਥੋੜਾ ਜਿਹਾ ਇਹ ਵੀ ਦੱਸੋ ਕਿ ਪੱਤਰਕਾਰ ਤਾਂ ਕਿੰਨੀ ਔਖੀ ਸੀ? ਪੱਤਰਕਾਰ ਤਾਂ ਔਖੀ ਵੀ ਸੀ, ਉਹਦਾ ਕਾਰਨ ਇਹ ਸੀਗਾ ਕਿ ਕੁਛ ਲੋਕਾਂ ਨੇ ਤਾਂ ਆਪਣੇ ਲਿੰਕ ਦੋਨੇ ਪਾਸੇ ਬਣਾਏ ਹੋਏ ਸੀਗੇ, ਉਹ ਸਾਂਝੇ ਪੁਲਿਸ ਵਾਲੇ ਪਾਸੇ ਵੀ ਬਣਾਏ ਹੁੰਦੇ ਸੀਗੇ ਤੇ ਖਾੜਕੂਆਂ ਦੇ ਨਾਲ ਵੀ ਬਣਾਏ ਹੋਏ ਸੀਗੇ। ਮੈਨੂੰ ਯਾਦ ਹੈ ਕਿ ਇਕ ਸਾਡੇ ਪੱਤਰਕਾਰ ਮਿੱਤਰ ਸੀਗੇ, ਉਹ ਇੰਡੀਅਨ ਐਕਸਪ੍ਰੈਸ ਦੇ ਵਿਚ ਕੰਮ ਕਰਦੇ ਸੀਗੇ, ਉਹਨੇ ਆਪਣੀ ਘਟਨਾ ਸੁਣਾਈ ਕਿ ਜਦੋਂ ਹਿੰਦੁਸਤਾਨ ਭਾਰਤ ਦੇ ਵਿਚ ਦੂਰਦਰਸ਼ਨ ਦੇ ਉੱਤੇ ਮਹਾਭਾਰਤ ਆਉਂਦਾ ਹੁੰਦਾ ਸੀਗਾ ਤਾਂ ਸਾਰੇ ਪਾਸੇ ਸੁਨਸਾਨ ਹੋ ਜਾਂਦੀ ਸੀਗੀ, ਸੁਨਸਾਨ ਹੋ ਜਾਂਦੀ ਸੀਗੀ, ਤਾਂ ਸਾਡੇ ਖਾੜਕੂ ਭਰਾ ਸੀਗੇ ਉਹ ਸਮੇਂ ਬਾਹਰ ਨਿਕਲਦੇ ਸੀਗੇ ਤੇ ਉਹ ਪੱਤਰਕਾਰਾਂ ਤੱਕ ਪਹੁੰਚ ਕਰਦੇ ਸੀਗੇ, ਕਿਉਂਕਿ ਕੋਈ ਵੀ ਲੋਕ ਗਲੀਆਂ ਸੁਣਦੀਆਂ ਹੁੰਦੀਆਂ ਸੀਗੇ ਤੇ ਉਹ ਜਾ ਕੇ ਉਹ ਲੈਟਰ ਫੜਾ ਦਿੰਦੇ ਸੀ, ਜਾਂ ਜਿਸ ਨੂੰ ਧਮਕੀ ਦੇਣੀ ਸੀ ਧਮਕੀ ਵਾਲੇ ਹੁੰਦੇ ਸੀ, ਜੇ ਜਿੰਮੇਵਾਰੀ ਲਈ ਹੁੰਦੀ ਸੀ ਉਹ ਵਾਲਾ ਪੱਤਰ ਫੜਾ ਦਿੰਦੇ ਸੀਗੇ। ਤਾਂ ਇੱਕ ਖਾੜਕੂ ਦਾ ਪੁਲਿਸ ਦੇ ਨਾਲ ਜਿਹੜੇ ਹੈ ਗੋਲੀਬਾਰੀ ਹੋ ਗਈ, ਮੁਕਾਬਲਾ ਹੋ ਗਿਆ, ਉਸ ਤੇ ਗੋਲੀ ਵੱਜੀ, ਜ਼ਿਆਦਾ ਨਹੀਂ ਵੱਜੀ ਗਈ, ਥੋੜੀ ਜਿਹੀ ਲੱਗੀ ਗੱਲ ਦੇ ਉੱਤੇ ਵੀ ਲੱਗੀ। ਹਾਂਜੀ, ਤੇ ਉਸ ਨੇ ਕੀ ਕੀਤਾ, ਉਸ ਆਪਣੇ ਕੋਲ ਜਿਹੜਾ ਸਾਫਾ ਸੀ ਉਹਨਾਂ ਬੜਾਸਾ ਜਾਂ ਮਾਰਿਆ ਤੇ ਉਹ ਪੱਤਰਕਾਰ ਦੇ ਘਰ ਚਲਾ ਗਿਆ।
पत्रकार के घर चला गया तो बैल बजाई अंदर बैठ गया। अंदर बैठने तो बाद की होया उन्हां दी पत्रकार की लड़की उत्थे आ गई, उन्हूं कहिंदा भी बच्चा पानी लैके दे। ਉਹ ਕੁੜੀ ਪਾਣੀ ਲੈਣ ਚਲੀ ਗਈ, ਪਾਣੀ ਲੈ ਕੇ ਆਈ ਤਾਂ ਉਸ ਜਦੋਂ ਮੁੜਾਸਾ ਖੋਲਿਆ ਤਾਂ ਇੱਥੇ ਖੂਨ ਵਗ ਰਿਹਾ ਸੀਗਾ ਤੇ ਉਹ ਮੁੜਾਸੇ ਦੇ ਵਿੱਚ ਜਿਹੜਾ ਹੈਗਾ ਉਹ ਲਹੂ ਲੁਹਾਣ ਹੋਇਆ ਪਿਆ ਸੀਗਾ। ਉਹ ਕੁੜੀ ਚੀਕਾਂ ਮਾਰਨ ਲੱਗ ਪਈ, ਕੁੜੀ ਚੀਕਾਂ ਮਾਰਨੇ ਪੱਤਰਕਾਰ ਨੇ ਮੁੜ ਕੇ ਉਸ ਖਾੜਕੂ ਨੂੰ ਹੱਥ ਜੋੜੇ, ਵੀਰਾ ਕਹਿੰਦਾ ਮੇਰੇ ਘਰ ਨਾ ਆਇਆ ਕਰ, ਜੇਕਰ ਪੱਤਰਕਾਰ ਜਿਹੜਾ ਹੈਗੇ ਚਿੱਠੀ ਵਗੈਰਾ ਦੇਣੀ ਹੁੰਦੀ ਹੈ ਕਿਤੇ ਹੋਰ ਥਾਂ ਤੇ ਫੜਾ ਦਿਆ ਕਰ। ਅਜਿਹੀਆਂ ਵੀ ਪੱਤਰਕਾਰੀ ਦੇ ਸਮੇਂ ਮਤਲਬ ਘਟਨਾਵਾਂ ਵਾਪਰੀਆਂ ਨੇ ਜੀ। ਜੀ ਬਿਲਕੁਲ, ਬੜਾ ਕੁਛ ਵਾਪਰਿਆ ਉਹਨਾਂ ਦਿਨਾਂ ਦੇ ਵਿੱਚ, ਸਹੀ ਤੁਸੀਂ ਚੇਤੇ ਕਰਾਤਾ ਉਹਦਾ। ਮੈਂ ਆਪਾਂ ਦੋਵੇਂ ਜੇਕਰ ਕਰਾਂਗੇ ਆਉਣ ਵਾਲੇ ਦਿਨਾਂ ਚ, ਤੇ ਸਰਕਾਰੀ ਮਹਿਕਮੇ ਵਸੂਲ ਰਿਹਾ ਗਊ ਸੈਸ। ਹਾਂਜੀ, ਇਹ ਵੀ ਇਕ ਬੜੀ ਖਬਰ ਇਹ ਹੈ ਕਿ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਐਕਸੀਡੈਂਟ ਹੋ ਜਾਂਦੇ ਨੇ। ਪਿੱਛੇ ਜੇ ਆਪਣੇ ਜਗਰਾਓ ਦੇ ਕੋਲ ਇਕ ਐਕਸੀਡੈਂਟ ਹੋਇਆ ਰਾਜਕੋਟ ਦੇ ਜੀ, ਤੇ ਚਾਰ ਨੌਜਵਾਨ ਮਾਰੇ ਗਏ। ਉਹਦਾ ਕਾਰਨ ਇਹ ਸੀਗਾ ਉਹਨਾਂ ਅੱਗੇ ਗਊ ਆ ਗਈ, ਗਊ ਨੂੰ ਉਹ ਬਚਾਉਣ ਲੱਗੇ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ, ਉਹਦੇ ਵਿਚ ਦੋ ਭਰਾ ਵੀ ਮਾਰੇ ਗਏ। ਇਹ ਇਕ ਪਹਿਲੀ ਘਟਨਾ ਸੀ, ਘਟਨਾਵਾਂ ਅਜਿਹੀਆਂ ਬਹੁਤ ਵਾਪਰਦੀਆਂ ਨੇ ਤੇ ਇਸ ਸੰਬੰਧ ਵਿਚ ਹੁਣ ਸਰਕਾਰ ਤੋਂ ਸਵਾਲ ਪੁੱਛੇ ਜਾ ਰਹੇ ਨੇ। ਉਹ ਪੁੱਛ ਰਹੇ ਨੇ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਸ਼ਵਨੀ ਰਾਏ ਖੰਨਾ, ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਰਕਾਰ ਵੱਲੋਂ ਨੌ ਮਹਿਕਮੇ ਅਜਿਹੇ ਨੇ ਜਿਹੜੇ ਗਊ ਸੈਸ ਲੈ ਰਹੇ ਨੇ। ਪਰ ਅਫਸੋਸ ਦੀ ਗੱਲ ਇਹ ਹੈ ਕਿ ਗਊ ਸੈਸ ਤਾਂ ਲਿਆ ਜਾਂਦਾ ਪਰ ਗਊ ਜਾਂ ਅਵਾਰਾ ਪਸ਼ੂ ਜਿਹੜੇ ਇਨ੍ਹਾਂ ਦੇ ਸੜਕਾਂ ਦੇ ਉੱਤੇ ਚੱਲ ਰਹੇ ਨੇ ਉਨ੍ਹਾਂ ਦੇ ਬੰਦੋਬਸਤ ਲਈ ਕੁਛ ਨਹੀਂ ਕੀਤਾ ਜਾ ਰਿਹਾ ਹੈਗਾ। ਉਨ੍ਹਾਂ ਨੇ ਦਸਿਆ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਤਾਂ ਉਸ ਵੱਲੋਂ ਇਕ ਪ੍ਰਪੋਜ਼ਲ ਸੀਗੀ ਕਿ ਕੈਟਲ ਪਾਊਂਡ ਬਣਾਏ ਜਾਣਗੇ 20-25 ਏਕੜ ਦੇ ਵਿਚ, ਤੇ ਉਨ੍ਹਾਂ ਦੇ ਵਿਚ ਜਿਹੜੇ ਅਵਾਰਾ ਪਸ਼ੂ ਹੈ ਉਹ ਰੱਖੇ ਜਾਣਗੇ ਤੇ ਉਸ ਦੇ ਲਈ ਜਿਹੜਾ ਗਊ ਸੈਸ ਇਕੱਠਾ ਕੀਤਾ ਜਾ ਰਿਹਾ ਉਸ ਨੂੰ ਖਰਚਿਆ ਜਾਊਗਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਉਸ ਨੂੰ ਹੁਣ ਵਰਤਿਆ ਨਹੀਂ ਜਾ ਰਿਹਾ, ਸਰਕਾਰ ਵੱਲੋਂ ਆਪਣੇ ਕੰਮਾਂ ਦੇ ਲਈ ਖਰਚਿਆ ਜਾ ਰਿਹਾ ਤੇ ਇਹ ਜਿਹੜੇ ਆਪਣਾ ਕੈਟਲ ਪਾਊਂਡ ਹੈ ਉਹ ਨਹੀਂ ਬਣਾਏ ਜਾ ਰਹੇ। ਇਸ ਸਮੇਂ ਸੂਬੇ ਦੇ ਵਿਚ 472 ਗਊਸ਼ਾਲਾ ਹੈਗੀਆਂ ਨੇ ਪਰ ਗਊਸ਼ਾਲਾ ਦੇ ਵਿਚ ਸਿਰਫ ਤੇ ਸਿਰਫ ਦੇਸੀ ਗਾਵਾਂ ਨੂੰ ਹੀ ਰੱਖਿਆ ਜਾਂਦਾ ਤੇ ਜਿਹੜੀਆਂ ਵਲੈਤੀ ਗਾਵਾਂ ਨੇ ਦੁੱਧ ਦੇਣਾ ਛੱਡ ਦਿੰਦੀਆਂ ਨੇ, ਫੰਡਰ ਹੋ ਜਾਂਦੀਆਂ ਨੇ, ਉਹ ਸੜਕਾਂ ਦੇ ਉੱਤੇ ਘੁੰਮੀ ਜਾਂਦੀ ਹੈ, ਸਾਲ ਸੜਕਾਂ ਦੇ ਉੱਤੇ ਘੁੰਮੀ ਜਾਂਦੇ ਨੇ, ਇਕ ਦੂਜੇ ਦੇ ਟੱਕਰਾਂ ਮਾਰੀ ਜਾਂਦੇ ਨੇ, ਭਿੜਨ ਲੱਗ ਜਾਂਦੇ ਨੇ, ਇਸ ਤੋਂ ਇਲਾਵਾ ਬਾਜ਼ਾਰਾਂ ਦੇ ਵਿਚ ਕਈ ਵਾਰ ਘੁੰਮਣ ਲੱਗ ਜਾਂਦੇ ਨੇ ਤੇ ਉਥੇ ਵੀ ਕਈ ਲੋਕਾਂ ਦੇ ਢੁੱਠਾ ਮਾਰ ਦਿੰਦੇ ਨੇ। ਕਈ ਵਾਰ ਅਸੀਂ ਵੀਡੀਓ ਵੀ ਦੇਖੇ ਨੇ, ਬਹੁਤ ਸਾਰੇ ਲੋਕ ਮਾਰੇ ਵੀ ਗਏ ਨੇ ਤੇ ਇਸ ਤੋਂ ਇਲਾਵਾ ਸੜਕਾਂ ਦੇ ਉੱਤੇ ਘੁੰਮਦੇ ਫਿਰਦੇ ਨੇ, ਉਥੇ ਐਕਸੀਡੈਂਟ ਹੋ ਜਾਂਦੇ, ਬਹੁਤ ਸਾਰੇ ਲੋਕ ਮਾਰੇ ਜਾਂਦੇ ਨੇ। ਇਸ ਵਾਸਤੇ ਕਰਕੇ ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਜੇ ਧਿਆਨ ਦੇ ਕੇ ਹੀ ਜਿਹੜਾ ਹੈਗਾ ਇਹ ਜਿੰਨੇ ਵੀ ਅਵਾਰਾ ਪਸ਼ੂ ਨੇ ਇਹਨਾਂ ਨੂੰ ਦਾ ਕੋਈ ਨਾ ਕੋਈ ਬੰਦੋਬਸਤ ਕਰਨਾ ਚਾਹੀਦਾ। ਇੱਥੇ ਹੀ ਸਿਰਫ ਇਹ ਸ਼ਹਿਰਾਂ ਵਿਚ ਨਹੀਂ, ਪੇਂਡੂ ਇਲਾਕਿਆਂ ਦੇ ਵਿਚ ਤਾਂ ਇਹ ਹੋਰ ਵੀ ਜ਼ਿਆਦਾ ਨੁਕਸਾਨ ਕਰਦੇ ਨੇ। ਕਿਸਾਨਾਂ ਦੀਆਂ ਖੜੀਆਂ ਫਸਲਾਂ ਦੇ ਵਿਚ ਵੜ ਜਾਂਦੇ ਨੇ, ਉਥੇ ਫਸਲਾਂ ਨੂੰ ਬਰਬਾਦ ਕਰ ਦਿੰਦੇ ਨੇ ਤੇ ਇਸ ਗੱਲ ਕਰਕੇ ਸਾਰੇ ਮਤਲਬ ਸਰਕਾਰ ਨੂੰ ਗੰਭੀਰਤਾ ਨਾਲ ਇਹ ਲੈਣਾ ਚਾਹੀਦਾ ਤੇ ਇਨ੍ਹਾਂ ਅਵਾਰਾ ਪਸ਼ੂਆਂ ਦਾ ਕੋਈ ਨਾ ਕੋਈ ਬੰਦੋਬਸਤ ਕਰਦੇ ਹੋਏ ਜਿਵੇਂ ਅਕਾਲੀ ਭਾਜਪਾ ਸਰਕਾਰ ਨੇ ਜਿਹੜੇ ਹੈਗਾ ਕੈਟਲ ਪਾਊਂਡ ਬਣਾਉਣ ਦੀ ਗੱਲ ਕਹੀ ਸੀਗੀ, ਤਜਵੀਜ਼ ਰੱਖੀ ਸੀ, ਉਹ ਬਣਾਉਣੇ ਚਾਹੀਦੇ। ਜੀ ਗੱਲ ਤਾਂ ਇਹੀ ਹੈ ਜੀ ਕਿ ਬਣਾਉਣੇ ਚਾਹੀਦੇ ਆ, ਇਹ ਸਾਰਾ ਕੁਝ ਹੋਣਾ ਚਾਹੀਦਾ, ਜਿਹੜੀ ਰਿਕੁਆਇਰਮੈਂਟ ਆ ਉਹ ਵੀ। ਪਰ ਆਪਾਂ ਇੱਕ ਬ੍ਰੇਕ ਲੈ ਲਈਏ, ਬ੍ਰੇਕ ਵੀ ਲੈਣੀ ਚਾਹੀਦੀ ਹੈ ਜੀ। ਜੀ ਜੀ ਸੱਜਣੋ, ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ ਦਰਸ਼ਨ ਦਰਸ਼ਕ ਹੋਰਾਂ ਦੇ ਨਾਲ ਸਾਂਝ ਪਾਉਂਦੇ ਹੋਏ ਇਸੇ ਪਲੇਟਫਾਰਮ ਤੇ। ਊਧਮ ਸਿੰਘ ਕਸਮਾਂ ਖਾਵੇ ਬੈਰੀ ਨੂੰ ਮਾਰੂੰਗਾ, ਗੋਰਿਆਂ ਦੇ ਜੁੱਲੇ ਚੱਕ ਕੇ ਲੰਡਨ ਵਿਚ ਵੜੂੰਗਾ, ਕਰਦਾ ਸ਼ਹੀਦਾਂ ਦਾ ਨਾ ਉਦੋਂ ਤੱਕ ਲੈਣਾ ਏ, ਬਦਲਾ ਮੈਂ ਅੰਮ੍ਰਿਤਸਰ ਦਾ ਪਾਪੀ ਤੋਂ ਲੈਣਾ ਏ। ਤੇ ਦਰਸ਼ਕ ਜੀ, ਰਾਮ ਮੁਹੰਮਦ ਸਿੰਘ ਤੇ ਹੋਰ ਨਾਵਾਂ ਦੇ ਨਾਲ ਅਸੀਂ ਜਾਣਦੇ ਹਾਂ, ਉਦੇ ਸਿੰਘ, ਊਧਮ ਸਿੰਘ, ਮੁਹੰਮਦ ਸਿੰਘ ਆਜ਼ਾਦ ਅਸਲ ਨਾਂ ਤਾਂ ਇਹ ਵੀ ਸੀ, ਤੇ ਰਾਮ ਫਿਰ ਉਨ੍ਹਾਂ ਦੇ ਨਾਂ ਨਾਲ ਕਿਵੇਂ ਜੁੜ ਗਿਆ ਜਿਹੜੇ ਯੋਧੇ ਦਾ ਅੱਜ ਸ਼ਹੀਦੀ ਦੇਣਾ?
ਅੱਜ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਹੈਗਾ ਜੀ, ਤੇ ਅਸੀਂ ਸਾਰੇ ਉਨ੍ਹਾਂ ਨੂੰ ਪ੍ਰਣਾਮ ਕਰਦੇ ਹਾਂ ਕਿਉਂਕਿ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਨ ਦੇ ਵਿਚ ਅਹਿਮ ਭੂਮਿਕਾ ਨਿਭਾਈ। ਤੇ ਇਹ ਗੱਲ ਕਹੀ ਜਾਂਦੀ ਹੈ ਕਿ ਉਨ੍ਹਾਂ ਨੇ ਜਲਿਆਂਵਾਲੇ ਬਾਗ ਦੇ ਵਿਚ ਗੋਰਿਆਂ ਨੇ ਜਿਹੜੀ ਗੋਲੀਬਾਰੀ ਕੀਤੀ ਉਹਦੇ ਵਿਚ ਅਨੇਕਾਂ ਲੋਕ ਮਾਰੇ ਗਏ, ਉਸ ਦਾ ਲੰਡਨ ਜਾ ਕੇ ਬਦਲਾ ਲਿਆ। ਤੇ ਇਕ ਕਿਤਾਬ ਸਾਹਮਣੇ ਆਈ ਹੈ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ, ਰਾਕੇਸ਼ ਕੁਮਾਰ ਉਹਦੇ ਲੇਖਕ ਨੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜੂਨ 1997 ਦੇ ਵਿਚ ਇੰਗਲੈਂਡ ਸਰਕਾਰ ਨੇ 5 ਫਾਈਲਾਂ ਰਿਲੀਜ਼ ਕੀਤੀਆਂ ਸੀਗੀਆਂ, ਉਹਦੇ ਚ 773 ਪੰਨੇ ਨੇ, ਤੇ ਉਨ੍ਹਾਂ ਫਾਈਲਾਂ ਦੇ ਆਧਾਰ ਤੇ ਉਸਨੇ ਕਿਤਾਬ ਲਿਖੀ ਹੈ। ਤੇ ਉਹਨੇ ਇਹ ਗੱਲ ਕਹੀ ਹੈ ਕਿ ਅਸੀਂ ਬਚਪਨ ਤੋਂ ਇਹ ਗੱਲ ਸੁਣਦੇ ਆ ਰਹੇ ਹਾਂ ਕਿ ਊਧਮ ਸਿੰਘ ਆਪਣੇ ਆਪ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਕਹਾਉਂਦਾ ਸੀਗਾ, ਪਰ ਉਨ੍ਹਾਂ ਨੇ ਇਹ ਗੱਲ ਕਹੀ ਉਹ ਇਸ ਸਬੰਧ ਵਿਚ ਆਪਣੇ ਸਬੂਤ ਵੀ ਪੇਸ਼ ਕੀਤੇ ਹੈ ਕਿ ਊਧਮ ਸਿੰਘ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਨਹੀਂ ਰੱਖਿਆ ਸੀਗਾ, ਸਿਰਫ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀਗਾ। ਤੇ ਰਾਮ ਕਿਸ ਨੇ ਜੋੜਿਆ, ਇਹ ਇਕ ਰਿਸਰਚ ਦਾ ਵਿਸ਼ਾ ਹੈ ਕਿ ਸਿਰਫ ਦੇ ਸਿਰਫ ਉਸ ਸਮੇਂ ਦੀਆਂ ਸਰਕਾਰਾਂ ਨੇ ਰੱਖਿਆ, ਆਪਣੀਆਂ ਸਿਲੇਬਸ ਦੀਆਂ ਬੁੱਕਾਂ ਨੇ, ਆਪਣੇ ਜਿੰਨੇ ਵੀ ਕਿਤਾਬਾਂ ਨੇ ਉਨ੍ਹਾਂ ਦੇ ਵਿਚ ਇਹ ਨਾਮ ਰੱਖਿਆ ਗਿਆ। ਤੇ ਉਹਦਾ ਕਾਰਨ ਇਹ ਵੀ ਹੋ ਸਕਦਾ ਕੁਛ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵੀ ਇਹ ਸੋਚ ਰੱਖਿਆ ਹੋਊਗਾ ਕਿ ਜਦੋਂ ਮੁਹੰਮਦ ਲਿਖ ਲਿਆ, ਸਿੰਘ ਲਿਖ ਲਿਆ ਤੇ ਆਜ਼ਾਦ ਲਿਖ ਲਿਆ ਤੇ ਇਹਦੇ ਅੱਗੇ ਰਾਮ ਲਗਾਇਆ ਜਾਵੇ, ਤਾਂ ਜੋ ਇਹ ਇਕ ਧਰਮ ਨਿਰਪੱਖਤਾ ਦੀ ਛਵੀ ਤਿਆਰ ਕੀਤੀ ਜਾਵੇ। ਪਰ ਉਹਦੇ ਵਿਚ ਕੁਛ ਲੋਕਾਂ ਦਾ ਇਹ ਕਹਿਣਾ ਹੈ ਕਿ ਸਿੰਘ ਹੈ ਜਿਹੜਾ ਸ਼ਬਦ ਉਹ ਹਿੰਦੂਆਂ ਦੇ ਵਿਚ ਵੀ ਹੈਗਾ, ਸਿੱਖਾਂ ਦੇ ਵਿਚ ਵੀ ਹੈਗਾ, ਇਸ ਗੱਲ ਕਰਕੇ ਮੁਹੰਮਦ ਸਿੰਘ ਆਜ਼ਾਦ ਹੋ ਸਕਦਾ। ਤੇ ਉਹ ਰਾਕੇਸ਼ ਕੁਮਾਰ ਨੇ ਆਪਣੇ ਜਿੰਨੇ ਵੀ ਇਸ ਕਿਤਾਬ ਹੈ ਉਹਦੇ ਵਿਚ ਕਈ ਗੱਲਾਂ ਕਹੀਆਂ ਨੇ ਕਿ ਮੁਹੰਮਦ ਜਿਹੜਾ ਊਧਮ ਸਿੰਘ ਨੇ ਆਪਣੇ ਕਈ ਨਾਮ ਰੱਖੇ ਸੀਗੇ ਇੰਗਲੈਂਡ ਦੇ ਵਿਚ, ਜਿਵੇਂ ਤੁਸੀਂ ਜ਼ਿਕਰ ਕੀਤਾ ਉਹਦੇ ਵਿਚ ਉਹ ਜਿਹੜਾ ਹੈਗਾ ਆਜ਼ਾਦ ਸਿੰਘ ਵੀ ਕਹਾਉਂਦਾ ਸੀਗਾ, ਬਾਬਾ ਸਾਹਿਬ ਵੀ ਕਹਾਉਂਦਾ ਸੀਗਾ, ਊਧਮ ਸਿੰਘ ਵੀ ਕਹਾਉਂਦਾ ਸੀਗਾ, ਊਧਮ ਸਿੰਘ ਵੀ ਕਹਿੰਦਾ ਸੀਗਾ, ਉਦਾਨ ਸਿੰਘ ਵੀ ਕਹਿੰਦਾ ਸੀਗਾ, ਤੇ ਇਸ ਤੋਂ ਇਲਾਵਾ US ਸਿੱਧੂ ਵੀ ਕਹਾਉਂਦਾ ਸੀਗਾ। ਇਹ ਕਈ ਨਾਂ ਉੱਥੇ ਇੰਗਲੈਂਡ ਦੇ ਵਿਚੋਂ ਉਹਨੇ ਰੱਖੇ ਸੀਗੇ। ਤੇ ਇਸ ਤੋਂ ਇਲਾਵਾ ਜਦੋਂ 13 ਮਾਰਚ 1940 ਨੂੰ ਕੰਗਸਟਨ ਹਾਲ ਦੇ ਵਿਚ ਉਸਨੇ ਕੈਂਗਸਟਨ ਹਾਲ ਦੇ ਵਿਚ ਗੋਲੀ ਚੜਾਈ ਹੈ, ਤਾਂ ਉਸ ਸਮੇਂ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਤੇ ਉਹਦੇ ਹੱਥ ਦੇ ਉੱਤੇ ਜਿਹੜਾ ਆਪਾਂ ਅੱਜ ਕੱਲ ਟੈਟੂ ਛਪਾਉਂਦੇ ਹਾਂ, ਤਾਂ ਉਹਦੇ ਉੱਤੇ ਵੀ ਇਹ ਲਿਖਿਆ ਸੀ ਮੁਹੰਮਦ ਸਿੰਘ ਆਜ਼ਾਦ। ਤੇ ਇਸ ਤੋਂ ਇਲਾਵਾ ਉਸਨੇ ਇਕ ਵਾਰੀ ਜੇਲ੍ਹ ਦੇ ਵਿਚ ਇਕ ਪੁਲਿਸ ਅਫਸਰ ਨੂੰ ਚਿੱਠੀ ਲਿਖੀ ਸੀਗੀ, ਉਹਦੇ ਵਿਚ ਵੀ ਉਹਨੇ ਮੁਹੰਮਦ ਸਿੰਘ ਆਜ਼ਾਦ ਹੀ ਲਿਖਿਆ ਸੀਗਾ। ਪੁਸਤਕ ਦੇ ਵਿਚ ਇਹ ਵੀ ਗੱਲ ਕਹੀ ਗਈ ਹੈ ਕਿ ਉਹ ਆਪਣੇ ਇਕ ਮਿੱਤਰ ਅਵਤਾਰ ਸਿੰਘ ਜਾਹਲ ਨੂੰ ਜਿੰਨੀਆਂ ਵੀ ਪੱਤਰ ਲਿਖਦਾ ਸੀਗਾ ਤੇ ਉਸ ਦੇ ਵਿਚ ਵੀ ਉਹ ਆਪਣੇ ਆਪ ਨੂੰ ਮੁਹੰਮਦ ਸਿੰਘ ਆਜ਼ਾਦ ਹੀ ਲਿਖਦਾ ਸੀਗਾ। ਤੇ ਇਸ ਤੋਂ ਇਲਾਵਾ ਇਸ ਪੁਸਤਕ ਦੇ ਵਿਚ ਇਹ ਵੀ ਦਾਅਵਾ ਕੀਤਾ ਗਿਆ ਕਿ 13 ਅਪ੍ਰੈਲ 1919 ਨੂੰ ਊਧਮ ਸਿੰਘ ਅੰਮ੍ਰਿਤਸਰ ਦੇ ਵਿਚ ਮੌਜੂਦ ਨਹੀਂ ਸੀਗਾ ਜੀ। ਤੇ ਉਂਝ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਉਸ ਨੇ ਉਹ ਜਲਿਆਂਵਾਲ ਬਾਗ ਪਹੁੰਚਿਆ ਤੇ ਉਥੇ ਜਿੰਨੀਆਂ ਵੀ ਲਾਸ਼ਾਂ ਨੂੰ ਦੇਖ ਕੇ ਉਸ ਦੇ ਮਨ ਅੰਦਰ ਜਿਹੜਾ ਹੈਗਾ ਬਦਲ ਲੈਣ ਵਾਸਤੇ ਭਾਵਨਾ ਜਾਗੀ। ਉਹਨੇ ਸ਼ਹੀਦ ਜਿਹੜੇ ਜ਼ਖਮੀ ਹੋਏ ਸਿੰਘ ਸੀ ਉਹਨਾਂ ਦੇ ਲੋਕ ਸੀ, ਭਾਰਤੀ ਸੀ, ਉਹਨਾਂ ਦੀ ਸੇਵਾ ਸੰਭਾਲ ਕੀਤੀ, ਇਹੋ ਜਿਹੀਆਂ ਗੱਲਾਂ ਆਪਾਂ ਪੜੀਆਂ। ਪਰ ਇਹਦੇ ਵਿਚ ਉਹਨੇ ਕਿਹਾ ਵੀ ਅਜਿਹਾ ਨਹੀਂ ਸੀਗਾ। ਅਸਲ ਦੇ ਵਿਚ ਉਹ ਇਹ ਠੀਕ ਹੈ ਕਿ ਜਲਿਆਂਵਾਲੇ ਬਾਗ ਦਾ ਜਿਹੜਾ ਬਦਲ ਲੈਣਾ ਇੱਕ ਹਿੱਸਾ ਹੋ ਸਕਦਾ, ਪਰ ਅਸਲ ਦੇ ਵਿਚ ਉਹ ਪੂਰੇ ਹਿੰਦੁਸਤਾਨ ਦੇ ਵਿਚ ਅੰਗਰੇਜ਼ਾਂ ਨੇ ਜਦੋਂ ਢਾਹੇ, ਉਹ ਖਾਸ ਤੌਰ ਤੇ ਗਦਰ ਪਾਰਟੀ ਨੂੰ ਜਿਸ ਤਰੀਕੇ ਨਾਲ ਦਬਾਇਆ, ਉਹਨਾਂ ਸਭ ਦਾ ਉਹ ਬਦਲ ਲੈਣਾ ਚਾਹੁੰਦਾ ਸੀਗਾ। ਤੇ ਤਾਂ ਹੀ ਉਹਨੇ ਦਿੱਲੀ ਆਪਣਾ ਲੰਡਨ ਦੇ ਵਿਚ ਗਿਆ, ਉਥੇ ਸਿਰਫ ਉਹਨੇ ਜਿਹੜਾ ਹੈਗਾ ਮਾਈਕਲ ਅਡਵਾਇਰ ਦੀ ਗੋਲੀ ਨਹੀਂ ਮਾਰੀ ਸੀਗੀ, ਹੋਰ ਜਿਹੜੇ ਅੰਗਰੇਜ਼ ਅਫਸਰ ਸੀਗੇ ਉਹਨਾਂ ਦੀ ਗੋਲੀ ਮਾਰੀ ਸੀਗੀ। ਤੇ ਸਾਨੂੰ ਇਹੀ ਦੱਸਿਆ ਜਾਂਦਾ ਕਿ ਉਸ ਸਮੇਂ ਜਨਰਲ ਜਿਹੜਾ ਹੈਗਾ ਮਾਈਕਲ ਅਡਵਾਇਰ ਦੀ ਹੀ ਗੋਲੀ ਮਾਰੀ ਗਈ ਸੀ ਜੀ। ਜੀ ਬਿਲਕੁਲ, ਇਹ ਵੀ ਗੱਲ ਹੈ ਕਿ ਕਿਹਨੇ ਕੀ ਕੀਤਾ, ਕਿਸ ਵੇਲੇ ਕਿਹਨੇ ਕੀ ਕੀਤਾ, ਨਾ ਛੇੜੋ ਦਰਦ ਕਹਾਣੀ ਨੂੰ ਜੀ, ਕਾਫੀ ਕੁਛ ਹੈ ਜਿਹਦੀ ਅਸੀਂ ਗੱਲ ਕਰਾਂਗੇ। ਤੇ
अगे दस्यो जी कि तालाबंदी के दौरान 45 दिन 253 लोगों ने खुदकशी कर ली। यह बड़ा तनाव का जिहड़ा समा चल रहा है जी, ते उहदा कारण यह है भी लोग इस तनाव के पिछे बहुत सारे बेरोजगार हो गए ने, ते कुछ लोग कोरोना बारे सोच सोच के ही जिहड़ा खुदकशियां कर रहे ने। ते एक आंकड़े सामने आया कि यह जो 45 दिन ने 1 जून तो लैके 15 जुलाई तक, इस दौरान कोरोना नाल पीड़ित लोगों की मौत तो हुई है 179 की, पर आर्थिक तंगी घरेलू कलेश कारण 293 लोगों ने खुदकशी की है। उन्होंने 193 पुरश ने 60 बीबिया ने। इस हिसाब के नाल आंकड़ा यह सामने आया कि इन्हों 45 दिन हर रोज 6 बंदे खुदकशी कर रहे ने जी। ते उन्होंने यह भी दसिया कि 70% लोगों ने फाह लैके खुदकशी की, 25% ने जहर खाता, 5% नहरा विच डुब के जां किसे उच्ची कोठे ते उत्ते छाल मार के मरिया है जी। ते इस तों इलावा यह भी दसिया गया कि 17-30 साल की उम्र के जिहड़ियां खुदकशियां हुई ने 70% इस उम्र के ने, 35-50 साल से 25% जिहड़े खुदकशियां करन वाले ने, 5% इस तों उपर दी उम्र के ने। यह कह सकते हैं कि इस समय बहुत तनाव चल रहा है। इस तनाव के कारण जिहड़ा जिवें आपां गल कही है भी आर्थिक तंगी बहुत सारे लोगों के आ चुकी है, बेरोजगार बहुत लोग हो चुके ने। जब तक कोरोना खत्म नहीं हुंदा हैगा लोगों के तनाव पैदा हुंदा रहेगा। इस संबंध में सरकार नूं भी कोई ना कोई उपराले करने चाहिए है, लोगों नूं इस कोरोने तो उभरन दे लई खास तौर से जब तक कोरोना हटता नहीं हैगा तो कोई ना कोई काउंसलिंग का भी जिहड़ा है जुगाड़ करना चाहिए, डाक्टरां नूं भी काउंसलिंग करनी चाहिए है तां जो लोग अजे कदम ना चुकन। इस कदम चुकन दे नाल जिहड़ा हैगा होर भी जिहड़ा है एक खुदकशी हो जाती है, 2 खुदकशियां दे तो लोग इन्हां खुदकशियां बारे सोचण लग जांदे ने। जे लोगों के अंदर ना पक्की सोच पैदा हो जाती है तो जिहड़ी कि साडे लई बहुत सारी दुखदाई होंदी है, कि बहुत सारे नौजवान ही जिहड़े हैगा खुदकशियां कर लग जांदे ने जी। ते जिम खोलण दा जिहड़ा मुद्दा है जी, इहदे पंजाब सरकार ने की करता जी सिहत मंत्री नूं? इहदे विच दुपहर तक अजिहियां खबरां आ रही सीगियां क्योंकि यह कहा जा रहा है कि जिम खोले जा रहे ने, ते सेहत मंत्री बलबीर सिंह सिद्धू ने यह गल कही कि हरे जिम नहीं खोले जाणगे। उन्होंने यह तर्क दिता कि जिम दे विच जिहड़ी मशीनां ने ਉਹ ਪੂਰੀ ਤਰ੍ਹਾਂ ਸੈਨੇਟਾਈਜ਼ਰ ਨਹੀਂ ਹੋਣਗੀਆਂ ਤੇ ਵਾਰੀ ਵਾਰੀ ਆ ਕੇ ਲੋਕ ਵਰਤਣਗੇ। ਇਸ ਤੋਂ ਇਲਾਵਾ ਉਥੇ ਏਸੀ ਚਲਦੇ ਨੇ ਤੇ ਪਸੀਨਾ ਆਉਂਦਾ ਰਹੂਗਾ, ਉਹਦੇ ਨਾਲ ਕੋਰੋਨਾ ਜ਼ਿਆਦਾ ਫੈਲਣ ਦਾ ਡਰ ਬਣਿਆ ਰਹੂਗਾ। ਤੇ ਇਹ ਕਾਫੀ ਖਬਰ ਹਾਈਲਾਈਟ ਵੀ ਹੋਈ ਕਿਉਂਕਿ ਜਿਮਾਂ ਦੇ ਜਿਹੜੇ ਮਾਲਕ ਨੇ ਇਹ ਲਗਾਤਾਰ ਇਹ ਚਾਹ ਰਹੇ ਸੀਗੇ ਕਿ ਜਿਮ ਖੁੱਲਣੇ ਚਾਹੀਦੇ ਆ, ਤੇ ਉਨ੍ਹਾਂ ਨੂੰ ਨਿਰਾਸ਼ਾ ਹੋਈ ਕਿਉਂਕਿ ਉਨ੍ਹਾਂ ਨੂੰ ਬਹੁਤ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ। ਇਸ ਤੋਂ ਇਲਾਵਾ ਨੌਜਵਾਨ ਅੱਜ ਕੱਲ੍ਹ ਬਹੁਤ ਸਾਰੇ ਨੌਜਵਾਨ ਇਹ ਨੇ ਆਪਣੇ ਸਰੀਰਕ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਪਾਉਣਾ ਚਾਹੁੰਦੇ, ਆਪਣੇ ਮਸਲ ਬਣਾਉਣਾ ਚਾਹੁੰਦੇ ਨੇ, ਉਨ੍ਹਾਂ ਦੀ ਵੀ ਇਹੀ ਮੰਗ ਸੀਗੀ ਕਿ ਇਹ ਜਿਹੜੇ ਹੈਗੇ ਜਿਮ ਖੋਲਣੇ ਚਾਹੀਦੇ ਹਨ। ਤੇ ਇਸ ਸਬੰਧ ਵਿਚ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਨਵੀਂ ਗਾਈਡਲਾਈਨ ਭੇਜੀ ਹੈ ਅਨਲੌਕ 3 ਦੇ ਵਿਚ ਇਹ ਗੱਲ ਕਿਹਾ ਕਿ ਜਿਮ ਤੇ ਯੋਗਾ ਸੈਂਟਰ ਖੁੱਲਣਗੇ। ਉਨ੍ਹਾਂ ਨੇ ਸਿੱਧੂ ਸਾਹਿਬ ਦੀ ਗੱਲ ਨੂੰ ਨਕਾਰ ਦਿੱਤਾ। ਤੇ ਇਸ ਤੋਂ ਇਲਾਵਾ ਕੁਛ ਹੋਰ ਜਿਹੜੇ ਨਵੇਂ ਨਿਰਦੇਸ਼ ਆਏ ਨੇ, ਕੇਂਦਰ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਹੁਣ ਰਾਤ ਦਾ ਕਰਫਿਊ ਨਹੀਂ ਲੱਗੂਗਾ, ਪਰ ਪੰਜਾਬ ਸਰਕਾਰ ਨੇ ਕਿਹਾ ਕਿ ਰਾਤ ਨੂੰ 11 ਵਜੇ ਤੋਂ ਲੈ ਕੇ 5 ਵਜੇ ਤੱਕ ਕਰਫਿਊ ਲੱਗਿਆ ਰਹੂਗਾ। ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਕਿਹਾ ਕਿ ਲੋਕ ਗੈਰ ਜ਼ਰੂਰੀ ਕੰਮਾਂ ਦੇ ਲਈ ਬਾਹਰ ਨਹੀਂ ਨਿਕਲਣਗੇ। ਤੇ ਇਸ ਤੋਂ ਇਲਾਵਾ ਜਿਹੜੇ ਵਿਆਹ ਸਮਾਗਮ ਨੇ ਉਹਦੇ ਵਿਚ ਇਹ ਗੱਲ ਫੇਰ ਦੁਬਾਰਾ ਦੁਹਰਾਈ ਗਈ ਹੈ ਕਿ 30 ਤੋਂ ਵੱਧ ਲੋਕ ਨਹੀਂ ਪਹੁੰਚਣਗੇ। ਜਦੋਂ ਅੰਤਿਮ ਸੰਸਕਾਰ ਹੋਊਗਾ ਉਹਦੇ ਵਿਚ 20 ਤੋਂ ਵੱਧ ਲੋਕ ਨਹੀਂ ਹੋਣਗੇ, ਤੇ ਇਹ ਕੁਛ ਨਿਰਦੇਸ਼ ਦਿੱਤੇ ਗਏ ਨੇ। ਤੇ ਇਹਨਾਂ ਨਿਰਦੇਸ਼ਾਂ ਨੂੰ
आम लोगों नूं पालना करनी चाहीदी है, सरकार का सहयोग देना चाहीदा। सरकार नूं सहयोग नहीं देवांगे तां साडा ही नुकसान होगा। ते उहदे नाल असीं देख रहे हां कि पंजाब दे विच लगातार कोरोना के मामले वधदे जा रहे ने, लोग मौतां भी बहुत ज्यादा हुंदियां जा रही ने। पहला तो एक दो हुंदी सी, इक दो मौत दे उत्ते ही बहुत ही लोगों दे विच सनसनी फैल जाती सी, हुण 20-25 मौतां रोजाना हो रही ने। इस लई सानू बच के रहना चाहीदा, जेकर नहीं बचांगे तां इहदे नाल साडा पंजाब दा भी नुकसान होगा, क्योंकि हाल दी कड़ी पंजाब दूजे सूबे दे मुकाबले काफी ठीक है। इत्थे उन्ने लोग बीमार नहीं है, उन्ने मौतां भी नहीं हो रही है, पर जेकर असीं नहीं संभलांगे तां इत्थे हालात माड़े हो सकते है। जी इवें गल है जी कि जे असीं नहीं संभलांगे तां हालात माड़े हो सकते है। अगली खबर दे उत्ते असीं पालगे जी प्रकाश, ते दर्शक जी खबर ए है कि जेड़े केड़े उन्हां दी गल करदा सी मैं, मेरे कोल खबर आसे पासे होगी। हां, इंग्लिश करके 33 सालां तो 10वीं जमात तो हो रहा सी फेल, कोरोना ने कराता पास। बड़ा मेहनती बंदा सीगा जी बंदा। ए भी आपा बड़ी दिलचस्प खबर है, क्योंकि इस समय कोरोना दे कारण सरकार ने काफी खुली छुट्टियां दित्ती गई, ते उहदे विच इह होया कि हिंदुस्तान दे विच पूरे जिन्ने भी बोर्ड ने उन्हां ने भी खुले नंबर दिते है। पंजाब दे विच भी इस समय जिन्ना भी मतलब रिजल्ट आया, जिन्ने जिन्ने बच्चियां दे नंबर आए ने उन्हां दे उत्ते भी प्रश्न चिन्ह रखण लग पए ने, हरेक बंदे दे 98% 95% जदों के पहला उन्हां दे 70-80% हुंदे सीगे। चलो खैर, ये सरकार की अपनी पॉलिसी है, पर पॉलिसी के नाल नाल एक अजिहे लोग भी हैगे आ जिहड़े लगातार फेल हुंदे आ रहे सीगे, ओह भी पास हो गए। यह कहानी हैगी है हैदराबाद के 51 साल के मुहम्मद नूरुद्दीन जी। ओह 33 साल तो 10वीं का पेपर दिता रहा सीगा, ओह फेल इस गल करके हुंदा सीगा क्योंकि उन्हूं अंग्रेजी नहीं आउंदी सी, अंग्रेजी कारण हर साल ओह फेल हो जाता सीगा। ते पर इस कोरोना कारण कहिंदे हुंदे आ भी जिहड़ा हैगा ਉਹ ਕਈਆਂ ਦੇ ਲਈ ਵਰਦਾਨ ਸਿੱਧ ਹੋ ਗਿਆ, ਉਹ ਵਰਦਾਨ ਇਸ ਬੰਦੇ ਲਈ ਵੀ ਸਿੱਧ ਹੋ ਗਿਆ, ਤੇ ਉਹ 10ਵੀਂ ਦੇ ਵਿੱਚੋਂ ਪਾਸ ਹੋ ਗਿਆ। ਤੇ ਅਸੀਂ ਉਸ ਬੰਦੇ ਨੂੰ ਵੀ ਵਧਾਈਆਂ ਦਿੰਦੇ ਹਾਂ ਕਿ ਤੁਸੀਂ 33 ਸਾਲ ਬਾਅਦ ਪਾਸ ਹੋਏ। ਪਰ ਇਸ ਦੇ ਨਾਲ ਨਾਲ ਇਹ ਵੀ ਦੇਖਣਾ ਪਊਗਾ, ਇੱਕ ਬੰਦੇ ਦੀ ਸਿਰੜ ਦੇਖੋ, ਦੇਖੋ ਦ੍ਰਿੜਤਾ ਦੇਖੋ, ਲਗਾਤਾਰ ਫੇਲ ਵੀ ਹੋਈ ਜਾਂਦਾ ਫੇਲ ਵੀ ਉਹ ਇਗਜ਼ਾਮ ਦੇਈ ਜਾਂਦਾ, ਇਸ ਹਾਲ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਮੈਂ ਪਾਸ ਹੋਊਂਗਾ, ਤੇ ਆਖਿਰਕਾਰ ਉਹ ਪਾਸ ਹੋ ਗਿਆ। ਇੰਨੇ ਸਾਲ ਦੇ ਦਿੰਦੇ ਜੀ ਮੌਕਾ ਫੇਲ ਹੋਣ ਦਾ, ਇਹ ਤਾਂ ਮੈਨੂੰ ਲੱਗਦਾ ਇੱਕ ਅਗਲਾ ਸਵਾਲ ਹੋਊਗਾ ਜੀ। ਹਾਂ, ਗੱਲ ਇਹ ਹੈ ਵੀ ਆਪਣੇ ਪੰਜਾਬ ਦੇ ਵਿੱਚ ਤਾਂ ਅਜਿਹਾ ਹੈ ਨੀ, ਕਾ ਕਾਨੂੰਨ ਨੀ ਹੈਗਾ, ਕਿਉਂਕਿ ਇੱਥੇ ਤਾਂ ਮੇਰੇ ਖਿਆਲ 3 ਵਾਰ ਪੇਪਰ ਦੇਣ ਦੀ ਅੱਗੇ ਹੁੰਦੀ ਹੈ, ਤੇ ਉੱਥੇ ਸ਼ਾਇਦ ਹੋਵੇ ਆਂਧਰਾ ਪ੍ਰਦੇਸ਼ ਦੇ ਬੋਰਡ ਵੱਲੋਂ ਇਸ ਤਰੀਕੇ ਦੀ ਆਗਿਆ ਦਿੱਤੀ ਗਈ ਹੋਵੇ ਜੀ। ਤੇ ਇਹ ਵੀ ਦੱਸੋ ਜੀ ਕਿ ਸਿੱਖ ਨੌਜਵਾਨਾਂ ਦੇ ਖਿਲਾਫ ਜਿਹੜੇ ਕੇਸ ਨੇ ਇਨ੍ਹਾਂ ਦਾ ਰੌਲਾ ਰੱਪਾ ਪੈਣਾ ਸ਼ੁਰੂ ਹੋ ਗਿਆ, ਸਿਆਸਤੀ ਹੈ ਵੈਸੇ ਤਾਂ, ਤੇ ਇਸ ਸਿਆਸਤ ਦੇ ਵਿਚ ਸਰਗਰਮੀ ਕੀ ਹੈ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੇ ਤਾਂ ਕੁਝ ਹੋਰ ਆਖੀ ਜਾਂਦੇ ਕਿ ਬਾਦਲ ਸਾਹਿਬ ਦੀ ਜਿਹੜੀ ਸਰਕਾਰ ਸੀਗੀ ਜੀ ਕਿ ਉਦੋਂ ਵੱਧ ਕੇਸ ਹੋਏ ਸੀ, ਅਸੀਂ ਤਾਂ ਘੱਟ ਕੀਤੇ ਆ, ਕਿਤੇ ਐਂ ਤਾਂ ਨੀ ਕਹਿੰਦੇ ਹੋਏ ਵੀ ਅੰਕੜੇ ਅਸੀਂ ਮਿਲਾ ਲਾਂਗੇ ਤੇ ਬਰਾਬਰੀ ਲੈ ਜਾਂਗੇ ਜੀ? ਅਸਲ ਦੇ ਵਿਚ ਗੱਲ ਆਪਾਂ ਪਹਿਲਾਂ ਬਦੂ ਸਾਹਿਬ ਦੀ ਕਰਕੇ ਹਟੇ ਸੀਗੇ, ਤੇ ਇਹੀ ਸਭ ਤੋਂ ਵੱਡਾ ਮਾਮਲਾ ਹੈ। ਉਹਦੇ ਵਿਚ ਅਸੀਂ ਦੇਖ ਰਹੇ ਹਾਂ ਕਿ ਨੌਜਵਾਨਾਂ ਦੇ ਉੱਤੇ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਐਕਟ UAPA ਲਗਾਇਆ ਜਾ ਰਿਹਾ ਜੀ। ਉਸ ਐਕਟ ਨੂੰ ਲਗਾਉਣ ਦੇ ਲਈ ਇਸ ਸਮੇਂ ਉਸ ਐਕਟ ਲਗਾਉਣ ਦੇ ਖਿਲਾਫ ਖਹਿਰਾ ਸਾਹਿਬ ਨੇ ਵੀ ਮੁਹਿੰਮ ਸ਼ੁਰੂ ਕੀਤੀ, ਤੇ ਉਨ੍ਹਾਂ ਨੇ ਜਿਹੜੇ ਆਪਣੇ ਸਿੰਘ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਨੂੰ ਵੀ ਕਿਹਾ ਕਿ ਤੁਸੀਂ ਇਸ ਸਬੰਧ ਚ ਦਖਲ ਦੋ, ਤੇ ਉਨ੍ਹਾਂ ਨੇ ਗਿਆਨੀ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਨੂੰ ਕਿਹਾ ਕਿ ਉਹ ਇਹ ਗਰੀਬ ਲੋਕ ਜਿਹੜੇ ਨੌਜਵਾਨ ਨੇ ਖਾਸ ਤੌਰ ਤੇ ਜਿਨ੍ਹਾਂ ਦੇ ਖਿਲਾਫ਼ ਇਹ ਐਕਟ ਲਾਗੂ ਹੋਇਆ, ਤੇ ਉਹ ਜ਼ਿਆਦਾਤਰ ਗਰੀਬ ਨੇ ਜਾਂ ਉਨ੍ਹਾਂ ਦੇ ਪਰਿਵਾਰ ਵਾਲੇ ਨੇ ਦਿਹਾੜੀਦਾਰ ਨੇ, ਉਨ੍ਹਾਂ ਦੇ ਖਿਲਾਫ਼ ਇਹ ਐਕਟ ਲਾਗੂ ਹੋਏ ਨੇ। ਤੇ ਇਸ ਸਬੰਧ ਵਿਚ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨਾ ਚਾਹਿਆ, ਤੇ ਉਨ੍ਹਾਂ ਦੇ ਉੱਤੇ ਇਲਜ਼ਾਮ ਲਾਇਆ ਕਿ ਇਸ ਕਾਨੂੰਨ ਨੂੰ ਜਿਹੜਾ ਹੈਗਾ ਜ਼ਿਆਦਤੀ ਕੀਤੀ ਜਾ ਰਹੀ ਹੈ,
ਨੌਜਵਾਨਾਂ ਦੇ ਨਾਲ ਤੇ ਅਜਿਹਾ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿਚ ਮਾਹੌਲ ਵਿਗੜ ਜਾਵੇ। ਇਸ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੰਕੜੇ ਸਾਹਮਣੇ ਲਿਆਂਦੇ ਆ। ਉਨ੍ਹਾਂ ਨੇ ਦਸਿਆ ਕਿ 10 ਸਾਲ ਅਕਾਲੀ ਸਰਕਾਰ ਚੱਲੀ, ਉਸ ਦੌਰਾਨ ਜਿਹੜੇ ਨੌਜਵਾਨਾਂ ਦੇ ਖਿਲਾਫ 60 ਦੇ ਕਰੀਬ ਮਾਮਲੇ ਦਰਜ ਹੋਏ। 2010 ਤੋਂ 2019 ਤੱਕ ਹੈਗਾ, 2010 ਦੇ ਵਿਚ 19 ਮਾਮਲੇ ਦਰਜ ਹੋਏ, 2017 ਦੇ ਵਿਚ 12 ਜਿਹੜੇ ਹੈਗੇ ਮਾਮਲੇ ਦਰਜ ਹੋਏ ਸੀਗੇ ਤੇ ਉਸ ਸਬੰਧ ਵਿਚ 225 ਗ੍ਰਿਫ਼ਤਾਰੀਆਂ ਹੋਈਆਂ ਸੀਗੀਆਂ ਤੇ ਉਨ੍ਹਾਂ ਵਿਚੋਂ 120 ਬੰਦੇ ਬਰੀ ਹੋ ਗਏ ਤੇ ਇਸ ਸਬੰਧ ਵਿਚ ਉਨ੍ਹਾਂ ਨੇ ਜਿਹੜੇ ਹੈਗੇ ਅੰਕੜੇ ਕੈਪਟਨ ਸਾਹਿਬ ਨੇ ਦਿਖਾ ਕੇ ਸੁਖਬੀਰ ਸਿੰਘ ਬਾਦਲ ਨੂੰ ਇਕ ਵਾਰੀ ਫਿਰ ਸ਼ੀਸ਼ਾ ਦਿਖਾਇਆ ਕਿ ਤੁਹਾਡੀ ਸਰਕਾਰ ਦੇ ਮੌਕੇ ਇਸ ਕਾਨੂੰਨ ਦੀ ਜਿਹੜੀ ਹੈਗੀ ਹੈ ਜ਼ਿਆਦਾ ਦੁਰਵਰਤੋਂ ਹੋਈ ਹੈ ਤੇ ਕੈਪਟਨ ਸਰਕਾਰ ਉਸ ਦੀ ਦੁਰਵਰਤੋਂ ਨਹੀਂ ਕਰ ਸਕੇਗੀ। ਉਨ੍ਹਾਂ ਨੇ ਇਹ ਗੱਲ ਕਹਿਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸਿਰਫ ਤੇ ਸਿਰਫ ਉਨ੍ਹਾਂ ਲੋਕਾਂ ਦੇ ਖਿਲਾਫ਼ ਹੀ ਇਸ ਕਾਨੂੰਨ ਨੂੰ ਵਰਤ ਰਹੇ ਹਾਂ ਜਿਹੜੇ ਲੋਕ ਜਿਹੜੇ ਹੈਗਾ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿਚ ਸ਼ਾਮਲ ਹੋ ਰਹੇ ਨੇ। ਉਹ ਹੋ ਰਹੇ ਨੇ ਕਿ ਨਹੀਂ ਹੋ ਰਹੇ ਹੈਗੇ, ਕੀ ਸਿਰਫ ਦੇ ਸਿਰਫ ਏਜੰਸੀਆਂ ਉਨ੍ਹਾਂ ਨੂੰ ਫਸਾ ਰਹੀ ਨੇ, ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਪਰ ਇਹ ਹੈ ਕਿ ਕਈ ਨੌਜਵਾਨਾਂ ਦੇ ਖਿਲਾਫ਼ ਇਹ ਕਾਫ਼ੀ ਜਿਹੜਾ ਹੈਗਾ ਇਹ ਕਾਨੂੰਨ ਧੱਕੇ ਨਾਲ ਵੀ ਲਗਾਇਆ ਜਾਂਦਾ ਤੇ ਉਹਦੇ ਵਿਚ ਜਿਹੜੀ ਹੈਗੀ ਇਕ ਨੌਜਵਾਨ ਨੇ ਖੁਦਕੁਸ਼ੀ ਤੱਕ ਵੀ ਕਰ ਲਈ ਸੀਗੀ ਤੇ ਸਰਕਾਰ ਨੂੰ ਦੇਖਣਾ ਚਾਹੀਦਾ ਜਿਵੇਂ ਸਿੰਘ ਸਾਹਿਬ ਨੇ ਕਿਹਾ ਵੀ ਇਸ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ ਤੇ ਜਾਂਚ ਤੋਂ ਬਾਅਦ ਹੀ ਜਿਹੜਾ ਹੈਗਾ ਉਹ ਜਿਨ੍ਹਾਂ ਦੇ ਖਿਲਾਫ਼ ਜਿਹੜਾ ਹੈ ਗਲਤ ਲਗਾਇਆ ਗਿਆ ਹੈ ਕਾਨੂੰਨ ਉਸ ਨੂੰ ਹਟਾ ਦੇਣਾ ਚਾਹੀਦਾ ਤੇ ਠੀਕ ਹੈ ਜੇ ਕਾਰਵਾਈ ਕਰਨੀ ਹੈ ਤਾਂ ਸਹੀ ਢੰਗ ਨਾਲ ਕਰਨੀ ਚਾਹੀਦੀ। ਚੀਨ ਕਹਿੰਦਾ ਜੀ ਭਾਰਤ ਦੇ ਵਾਸਤੇ ਤਾਂ ਖਤਰਾ ਹੀ ਨਹੀਂ। ਦੇਖੋ ਚੀਨ ਪਹਿਲਾਂ ਵੀ ਕਹਿੰਦਾ ਹੁੰਦਾ ਤੇ ਹਮੇਸ਼ਾ ਭਾਰਤ ਉਸ ਦੇ ਉੱਤੇ ਜਿਹੜਾ ਹੈਗਾ ਇਤਬਾਰ ਕਰਦਾ ਆ। 1962 ਦੇ ਵਿਚ ਵੀ ਅਸੀਂ ਉਸ ਦੇ ਉੱਤੇ ਇਤਬਾਰ ਕੀਤਾ ਤੇ ਉਸ ਨੇ ਸਾਡੇ ਨਾਲ ਕੀ ਕੀਤਾ। ਇਸ ਤੋਂ ਬਾਅਦ ਹੁਣ ਤੱਕ ਮੋਦੀ ਸਾਹਿਬ ਦੇ ਮੌਕੇ ਤੱਕ ਇਹ ਦੇਖਿਆ ਗਿਆ ਕਿ ਚੀਨੀ ਰਾਸ਼ਟਰਪਤੀ ਵੱਲੋਂ ਬੜਾ ਇਹ ਦਿਖਾਇਆ ਜਾਂਦਾ ਸੀਗਾ ਕਿ ਉਨ੍ਹਾਂ ਦਾ ਭਾਰਤ ਦੇ ਨਾਲ ਬਹੁਤ ਪਿਆਰ ਹੈ, ਪਰ ਉਦੋਂ ਹੀ ਪਤਾ ਲੱਗਿਆ ਕਿ ਚੀਨ ਦੀਆਂ ਫੌਜਾਂ ਭਾਰਤੀ ਸਰਹੱਦ ਦੇ ਵਿਚ ਦਾਖਲ ਹੋ ਗਈਆਂ। ਅਸੀਂ ਸਾਡੀਆਂ ਖੁਫੀਆ ਏਜੰਸੀਆਂ ਕੀ ਕਰਦੀ ਰਹੀਆਂ ਉਹਦੇ ਬਾਰੇ ਵੀ ਸਾਡੇ ਬੜੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਨੇ ਤੇ ਸਾਡੇ 20 ਜਵਾਨ ਵੀ ਸ਼ਹੀਦ ਹੋ ਗਏ ਤੇ ਇਸ ਗੱਲ ਕਰਕੇ ਹੁਣ ਸਾਡੇ ਦੋਨਾਂ ਮੁਲਕਾਂ ਦੇ ਵਿਚ ਕਾਫ਼ੀ ਜ਼ਿਆਦਾ ਤਣਾਅ ਪੈਦਾ ਹੋਇਆ ਹੈ ਤੇ ਇਕ ਇੰਸਟੀਚਿਊਟ ਆਫ ਚਾਈਨੀਜ਼ ਸਟੱਡੀਜ਼ ਦਾ ਵੈਬੀਨਾਰ ਚੱਲ ਰਿਹਾ ਸੀਗਾ ਤੇ ਉਹਦੇ ਵਿਚ ਜਿਹੜਾ ਆਪਣਾ ਚੀਨੀ ਰਾਜਦੂਤ ਹੈ ਸੂਨ ਵੀਡੋਂਗ ਉਹਨੇ ਕੁਛ ਨੁਕਤੇ ਉਠਾਏ ਆ। ਉਹਦੇ ਵਿਚ ਇਹ ਗੱਲ ਕਹੀ ਹੈ ਕਿ ਚੀਨ ਸ਼ਾਂਤਮਈ ਤਰੱਕੀ ਲਈ ਵਚਨਬੱਧ ਹੈ ਤੇ ਉਹ ਭਾਰਤ ਦੀ ਸੁਰੱਖਿਆ ਦੇ ਲਈ ਜਿਹੜਾ ਹੈਗਾ ਖਤਰਾ ਨਹੀਂ ਹੈਗਾ। ਉਸਨੇ ਉਨ੍ਹਾਂ ਨੇ ਕਿਹਾ ਕਿ ਸਾਰੀ ਦੁਨੀਆਂ ਦੇ ਲਈ ਇਸ ਸਮੇਂ ਜੇਕਰ ਖਤਰਾ ਹੈ ਤਾਂ ਉਹ ਇਕ ਅਣਦਿਖਦਾ ਵਾਇਰਸ ਹੈ, ਚੀਨ ਉਨ੍ਹਾਂ ਦੇ ਲਈ ਖਤਰਾ ਨਹੀਂ ਹੈ। ਦੂਜਾ ਉਹਨੇ ਕਿਹਾ ਕਿ ਚੀਨ ਇਕ ਪ੍ਰਭੂਸੱਤਾ ਸੰਪੰਨ ਮੁਲਕ ਹੈ ਤੇ ਉਹ ਦੂਜੇ ਪ੍ਰਭੂਸੱਤਾ ਸੰਪੰਨ ਮੁਲਕਾਂ ਦਾ ਮਾਣ ਸਤਿਕਾਰ ਕਰਦਾ ਤੇ ਉਸ ਦੀ ਬਿਲਕੁਲ ਵਿਸਤਾਰਵਾਦੀ ਨੀਤੀ ਨਹੀਂ ਹੈਗੀ ਤੇ ਉਹ ਕਿਸੇ ਵੀ ਦੂਜੇ ਦੇਸ਼ ਦੀ ਜਿਹੜੀ ਹੈ ਜਗ੍ਹਾ ਹੜੱਪਣਾ ਨਹੀਂ ਚਾਹੁੰਦਾ ਹੈ। ਤੇ ਇਸ ਤੋਂ ਇਲਾਵਾ ਉਸ ਨੇ ਇਹ ਗੱਲ ਕਹੀ ਹੈ ਕਿ ਚੀਨ ਜਿਹੜਾ ਹੈਗਾ ਦੂਜੇ ਮੁਲਕਾਂ ਦੇ ਨਾਲ ਸਹਿਯੋਗ ਕਰਨ ਦੇ ਵਿਚ ਦੀ ਵਕਾਲਤ ਕਰਦਾ, ਉਹ ਭਾਰਤ ਦੇ ਨਾਲ ਟਕਰਾਓ ਨਹੀਂ ਚਾਹੁੰਦਾ ਹੈਗਾ। ਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਇਸ ਸਮੇਂ ਪੂਰੀ ਦੁਨੀਆਂ ਕਠਿਨ ਦੌਰ ਤੇ ਲੰਘ ਰਹੀ ਹੈ, ਚੀਨ ਵੀ ਕਠਿਨ ਦੌਰ ਤੇ ਲੰਘ ਰਿਹਾ, ਭਾਰਤ ਵੀ ਕਠਿਨ ਦੌਰ ਤੇ ਲੰਘ ਰਿਹਾ, ਇਸ ਲਈ ਦੋਨਾਂ ਮੁਲਕਾਂ ਨੂੰ ਇਕ ਦੂਜੇ ਦੀ ਕਦਰ ਕਰਨੀ ਚਾਹੀਦੀ। ਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਗੱਲ ਵੀ ਕਹੀ ਹੈ ਕਿ ਭਾਰਤ ਨੂੰ ਕਿਸੇ ਭਰਮ ਦੇ ਵਿਚ ਨਹੀਂ ਰਹਿਣਾ ਚਾਹੀਦਾ। ਕੁਛ ਲੋਕ ਭਾਰਤ ਨੂੰ ਭਰਮਾ ਰਹੇ ਨੇ ਜਿਹਦੇ ਨਾਲ ਕਿ ਚੀਨ ਦੇ ਨਾਲ ਉਸਦਾ ਟਕਰਾਓ ਵੱਧ ਰਿਹਾ। ਤੇ ਅਸੀਂ ਚਲੋ ਜੋ ਕੁਛ ਚੀਨ ਦੇ ਰਾਜਦੂਤ ਨੇ ਕਿਹਾ ਉਸ ਗੱਲ ਨੂੰ ਮੰਨ ਵੀ ਲੈਂਦੇ ਹਾਂ, ਪਰ ਚੀਨ ਅਜਿਹਾ ਮੁਲਕ ਹੈ ਉਹਦੇ ਉੱਤੇ ਇਤਬਾਰ ਕਰਨਾ ਬੜਾ ਔਖਾ ਹੈ ਕਿਉਂਕਿ ਅਸੀਂ ਕਈ ਵਾਰ ਇਤਬਾਰ ਕਰ ਚੁੱਕੇ ਹਾਂ ਤੇ ਸਾਡੇ ਨਾਲ ਜੋ ਕੁਛ ਹੋਇਆ ਉਹ ਵੀ ਸਭ ਨੂੰ ਪਤਾ ਹੈ। 1962 ਚ ਕੀ ਹੋਇਆ, ਹਾਲ ਹੀ ਦੇ ਵਿਚ ਕੀ ਹੋਇਆ, ਇਸ ਸਬੰਧ ਵਿਚ ਜਿਹੜਾ ਹੈਗਾ ਚੀਨ ਦੀਆਂ ਜਿਹੜੀਆਂ ਨੀਤੀਆਂ ਨੇ
ਉਹ ਹਮੇਸ਼ਾ ਹੀ ਵਿਸਥਾਰਵਾਦੀ ਰਹੀਆਂ ਨੇ। ਇਸੇ ਗੱਲ ਕਰਕੇ 1962 ਦੇ ਵਿਚ ਸਾਡਾ ਬਹੁਤ ਵੱਡਾ ਹਿੱਸਾ ਇਸ ਨੇ ਦੱਬ ਲਿਆ ਸੀਗਾ। ਹੁਣ ਵੀ ਇਹਦੀ ਇਹੀ ਨੀਤੀ ਹੈ, ਉਹਦੇ ਵਿਚ ਉਹ 8-10 ਕਿਲੋਮੀਟਰ ਅੰਦਰ ਆ ਜਾਂਦਾ, ਜਦੋਂ ਆਪਸ ਦੇ ਵਿਚ ਗੱਲਬਾਤ ਹੁੰਦੀ ਹੈ ਤਾਂ 2-4 ਕਿਲੋਮੀਟਰ ਪਿੱਛੇ ਚਲੇ ਜਾਂਦਾ, ਬਾਕੀ ਹਿੱਸਾ ਫੇਰ ਦਬਾ ਲੈਂਦਾ। ਹੁਣ ਵੀ ਜਿਹੜਾ ਹੈਗਾ ਇਹ ਗੱਲ ਪਤਾ ਲੱਗੀ ਹੈ ਕਿ ਭਾਵੇਂ ਅਸੀਂ ਇਹ ਦਾਅਵਾ ਕਰ ਰਹੇ ਹਾਂ ਕਿ ਇਸ ਸਮੇਂ ਚੀਨ ਵਾਪਸ ਜਾ ਰਿਹਾ, ਪਰ ਜਿਹੜੀਆਂ ਖੁਫੀਆ ਰਿਪੋਰਟਾਂ ਆ ਰਹੀਆਂ ਨੇ, ਜਿਹੜੇ ਸੈਟੇਲਾਈਟ ਵੱਲੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਉਥੋਂ ਪਤਾ ਲੱਗ ਰਿਹਾ ਹੈ ਕਿ ਚੀਨ ਦੀਆਂ ਫੌਜਾਂ ਹਾਲੇ ਉਥੇ ਹੀ ਜੰਮੀਆਂ ਬੈਠੀਆਂ ਨੇ। ਇਸ ਤੋਂ ਇਲਾਵਾ ਭਾਰਤ ਦੀ ਸਰਹੱਦ ਦੇ ਨਾਲ ਨਾਲ ਉਸ ਵੱਲੋਂ ਰਾਤੋ ਰਾਤ ਸੜਕਾਂ ਬਣਾਈਆਂ ਜਾ ਰਹੀਆਂ ਨੇ। ਇਨ੍ਹਾਂ ਸੜਕਾਂ ਬਣਾਉਣ ਦਾ ਕੀ ਮਕਸਦ ਹੈ, ਇਹ ਵੀ ਇਕ ਆਪਣੇ ਅਵਦੇਸ਼ ਚ ਬਹੁਤ ਵੱਡਾ ਪ੍ਰਸ਼ਨ ਚਿੰਨ ਹੈ। ਤੇ ਇਸ ਗੱਲ ਕਰਕੇ ਠੀਕ ਹੈ, ਉਨ੍ਹਾਂ ਦੇ ਰਾਜਦੂਤ ਵੱਲੋਂ ਇਹ ਡਿਪਲੋਮੇਟ ਜਿਹੜੇ ਹੈਗੇ ਡਿਪਲੋਮੇਸੀ ਹੀ ਕਰਦੇ ਆ, ਡਿਪਲੋਮੇਸੀ ਦੀ ਭਾਸ਼ਾ ਹੀ ਵਰਤਦੇ ਆ, ਤੇ ਪਰ ਅਸੀਂ ਕਿੰਨਾ ਸੁਧਾਰ ਕਰਨਾ, ਇਹ ਵੀ ਆਪਣੇ ਆਪ ਦੀ ਇਕ ਬਹੁਤ ਵੱਡਾ ਜਿਹੜਾ ਹੈਗਾ ਸਾਨੂੰ ਸੋਚਣਾ ਪਊਗਾ। ਦੂਜੀ ਗੱਲ ਇਹ ਹੈ, ਇਕ ਅਸੀਂ ਪਿਛਲੇ ਦਿਨੀ ਜਿਹੜਾ ਹੈਗਾ ਰਫਾਲ ਦੀ ਗੱਲ ਕਰਦੇ ਆ ਰਹੇ ਸੀਗੇ, ਤੇ ਇਹ ਠੀਕ ਹੈ ਸਾਡੇ ਮੀਡੀਆ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਉਡਾਇਆ ਕਿ ਬਸ ਰਫਾਲ ਆ ਗਿਆ, ਅਸੀਂ ਪੂਰੀ ਮਤਲਬ ਚੀਨ ਦੇ ਨਾਲ ਲੜਨ ਵਾਸਤੇ ਤਿਆਰ ਬੈਠੇ ਆ। ਪਰ ਇਹ ਜਿਹੜੇ ਹੈਗਾ ਰੱਖਿਆ ਮੈਪ ਨੇ, ਉਹ ਇਹ ਗੱਲ ਕਹਿ ਰਹੇ ਨੇ ਕਿ ਭਾਰਤ ਦੇ ਕੋਲ ਜਿੰਨੇ ਵੀ ਜਹਾਜ਼ ਨੇ ਉਹ ਚੀਨ ਦੇ 1/4 ਬਰਾਬਰ ਵੀ ਨਹੀਂ ਹੈਗੇ। ਜਿੰਨੀਆਂ ਸਾਡੇ ਕੋਲ ਟੈਂਕ ਨੇ ਜਾਂ ਤੋਪਾਂ ਨੇ ਉਹ ਸਾਡੇ ਕੋਲ 1/4 ਦੇ ਬਰਾਬਰ ਨਹੀਂ ਹੈ। ਅਸੀਂ ਚੀਨ ਨਾਲੋਂ ਰੱਖਿਆ ਦੇ ਮਾਮਲੇ ਦੇ ਵਿਚ ਕਾਫ਼ੀ ਪਛੜੇ ਹੋਏ ਆ। ਹਾਲੇ ਵੀ ਸਾਨੂੰ ਘੱਟੋ ਘੱਟ 100 ਜਹਾਜ਼ਾਂ ਦੀ ਹਾਲੇ ਵੀ ਜ਼ਰੂਰਤ ਹੈ। ਜੇਕਰ ਕੱਲ ਨੂੰ ਦੋਨੇ ਪਾਸਿਓਂ, ਇਕ ਪਾਸੇ ਚੀਨ ਇਕ ਪਾਸੇ ਪਾਕਿਸਤਾਨ, ਜਿਹੜੀ ਇਸ ਸਮੇਂ ਰਣਨੀਤੀ ਵਿਚ ਰਹੀ ਹੈ, ਜੇ ਦੋਨੋ ਪਾਸੇ ਲੜਾਈ ਲੱਗ ਜਾਂਦੀ ਹੈ ਤਾਂ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ। ਭਾਵੇਂ ਅਸੀਂ ਇਹ ਗੱਲ ਕਹਿੰਦੇ ਹਾਂ ਕਿਤੇ ਹਥਿਆਰਾਂ ਦੇ ਉੱਤੇ ਇੰਨਾ ਪੈਸਾ ਨਹੀਂ ਖਰਚਣਾ ਚਾਹੀਦਾ, ਪਰ ਇਹ ਹੁਣ ਖਰਚਣਾ ਪਊਗਾ। ਖਰਚਣਾ ਇਸ ਗੱਲ ਕਰਕੇ ਪਊਗਾ ਕਿ ਅਸੀਂ ਚੀਨ ਦੇ ਉੱਤੇ ਵਾਰੀ ਵਾਰੀ ਅਤਵਾਦ ਨਹੀਂ ਕਰ ਸਕਦੇ। ਦੂਜੇ ਪਾਸੇ ਜਿਹੜਾ ਪਾਕਿਸਤਾਨ ਹੈ ਉਹ ਹਮੇਸ਼ਾ ਹੀ ਸਾਡੇ ਨਾਲ ਜਿਹੜਾ ਹੈਗਾ ਟਕਰਾਉਤੀ ਨੀਤੀ ਅਡਾਪਟ ਕਰਕੇ ਰੱਖਦਾ, ਤੇ ਉਹਦੇ ਨਾਲ ਹਮੇਸ਼ਾ ਹੀ ਸਾਡੇ 36 ਦਾ ਅੰਕੜਾ ਰਿਹਾ, ਕਦੇ ਨਾ ਕਦੇ ਉਹਦੇ ਨਾਲ ਵੀ ਲੜਾਈ ਲੱਗ ਸਕਦੀ ਹੈ, ਪਰ ਲੱਗਣੀ ਨਹੀਂ ਚਾਹੀਦੀ ਹੈਗੀ। ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਨਹੀਂ ਲੱਗਣੀ ਚਾਹੀਦੀ, ਸਾਨੂੰ ਦੋਨਾਂ ਮੁਲਕਾਂ ਨੂੰ ਸਾਰੇ ਮੁਲਕਾਂ ਦੇ ਵਿਚ ਸ਼ਾਂਤੀ ਸਦਭਾਵਨਾ ਬਣੀ ਰਹਿਣੀ ਚਾਹੀਦੀ ਹੈ। ਪਰ ਇਹ ਗੱਲ ਹੈਗੀ ਹੈ ਕਿ ਆਪਣੇ ਆਪ ਨੂੰ ਜੇਕਰ ਅਸੀਂ ਮਜ਼ਬੂਤ ਬਣਾ ਕੇ ਰੱਖਾਂਗੇ ਤਾਂ ਦੂਜਾ ਮੁਲਕ ਵੀ ਸਾਨੂੰ ਅੱਖਾਂ ਨਹੀਂ ਦਿਖਾ ਸਕਦਾ ਹੈਗਾ। ਜੀ ਰੌਣਕ ਤਾਂ ਸਰ ਅੱਖਾਂ ਦਾ ਹੀ ਹੈ ਜੀ, ਔਰ ਹਸਪਤਾਲ ਦੀ ਮੋਰਚਰੀ ਦੇ ਵਿਚ ਪਈ ਇਕ ਲਾਸ਼ ਨੂੰ ਕੰਨ ਤੇ ਮੂੰਹ ਤੋਂ ਕੁਤਰਤਾ ਜੀ ਚੂਹਿਆਂ ਨੇ, ਤਾਂ ਬੜੀ ਮੰਦਭਾਗੀ ਹੈ। ਇਹ ਮੰਦਭਾਗੀ ਘਟਨਾ ਤਾਂ ਹੈ ਹੀ ਹੈ, ਇਹਦੇ ਨਾਲ ਨਾਲ ਇਹ ਵੀ ਹੈ ਕਿ ਅਸੀਂ ਅਕਸਰ ਹੀ ਗੱਲ ਕਰਦੇ ਹਾਂ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿਚ ਚੰਗੀ ਸਾਂਭ ਸੰਭਾਲ ਹੁੰਦੀ ਹੈ, ਪਰ ਇਹ ਡੇਰਾਬਸੀ ਦੇ ਵਿਚ ਇਕ ਨਿੱਜੀ ਹਸਪਤਾਲ ਸੀਗਾ ਤੇ ਇਕ ਔਰਤ ਸੀਗੀ ਜਸਜੋਤ ਕੌਰ ਤੇ ਉਸਦੇ ਪਤੀ ਰਿਟਾਇਰ ਕਰਨਲ ਅਮਰਜੀਤ ਸਿੰਘ ਚੰਡੋਕਰੀ। ਔਰਤ ਦੀ ਜਦੋਂ ਡੈਥ ਹੋ ਗਈ ਤਾਂ ਉਨ੍ਹਾਂ ਨੇ ਉਥੇ ਦੀ ਮੋਰਚਰੀ ਦੇ ਵਿਚ ਉਸ ਲਾਸ਼ ਨੂੰ ਰੱਖ ਦਿੱਤਾ, ਤੇ ਜਦੋਂ ਉਸਨਾਂ ਨੇ ਸਵੇਰੇ ਉਸ ਲਾਸ਼ ਨੂੰ ਲੈਣਾ ਸੀਗਾ ਤਾਂ ਉਥੇ ਪਤਾ ਲੱਗਿਆ ਕਿ ਔਰਤ ਦੇ ਗੁੱਡ ਕੁਤਰੇ ਹੋਏ ਸੀਗੇ ਤੇ ਹੋਰ ਕਈ ਥਾਵਾਂ ਦੇ ਉੱਤੇ ਕੁਤਰਿਆ ਹੋਇਆ ਸੀਗਾ, ਮੂੰਹ ਵੀ ਕੁਤਰਿਆ ਹੋਇਆ ਸੀਗਾ ਤੇ ਉਹ ਲਹੂ ਲਖਾਣ ਹੋਈ ਸੀਗੀ, ਤੇ ਉਥੋਂ ਪਤਾ ਲੱਗਿਆ ਕਿ ਇਹ ਚੂਹਿਆਂ ਨੇ ਅਜਿਹਾ ਕੁਛ ਕੀਤਾ। ਤੇ ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਕਹਿੰਦੇ ਹਾਂ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿਚ ਭਾਵੇਂ ਪੈਸੇ ਜ਼ਿਆਦਾ ਲੈ ਲੈਂਦੇ, ਕੇਅਰ ਕਾਫ਼ੀ ਹੋ ਜਾਂਦੀ ਹੈ, ਪਰ ਪ੍ਰਾਈਵੇਟ ਹਸਪਤਾਲ ਵੀ ਹੁਣ ਉਸ ਤਰ੍ਹਾਂ ਦੇ ਹੀ ਬਣ ਗਏ ਨੇ ਜਿਸ ਤਰੀਕੇ ਨਾਲ ਕਿਸੇ ਸਮੇਂ ਸਰਕਾਰੀ ਹੁੰਦੀ ਸੀ, ਪਰ ਹੁਣ ਤਾਂ ਇਹ ਕਹਿ ਸਕਦੇ ਹਾਂ ਕਿ ਸਰਕਾਰੀ ਹਸਪਤਾਲ ਫੇਰ ਵੀ ਜਿਹੜੇ ਹੈਗੇ ਪ੍ਰਾਈਵੇਟ ਹਸਪਤਾਲਾਂ ਨਾਲੋਂ ਜ਼ਿਆਦਾ ਵਧੀਆ ਕੇਅਰ ਕਰਨੇ। ਕਰੋਨਾ ਦੇ ਮੌਕੇ ਜਿਹੜੀ ਇਹ ਲੜਾਈ ਲੜੀ ਜਾ ਰਹੀ ਹੈ ਉਹਦੇ ਵਿਚ ਭਾਵੇਂ ਵਿਚਾਰੇ ਆਪਣੇ ਡਾਕਟਰਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਹੈਗੀਆਂ, ਨਰਸਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਮੈਡੀਕਲ ਜਿਹੜਾ ਹੈਗਾ ਸਟਾਫ ਆ ਉਨ੍ਹਾਂ ਨੂੰ ਵੀ ਸਹੀ ਸਮੇਂ ਤਨਖਾਹਾਂ ਨਹੀਂ ਮਿਲ ਰਹੀਆਂ। ਇਸ ਸਬੰਧ ਵਿਚ ਅੱਜ ਸੁਪਰੀਮ ਕੋਰਟ ਦੇ ਵਿਚ ਵੀ ਜਿਹੜੇ ਹੈਗੇ ਆ ਕੇਂਦਰ ਸਰਕਾਰ ਨੇ ਕਿਹਾ ਮਹਾਰਾਸ਼ਟਰ, ਪੰਜਾਬ, ਕਰਨਾਟਕਾ ਤੇ ਤ੍ਰਿਪੁਰਾ ਇਹ ਜਿਹੜੇ ਹੈਗੇ ਸੂਬੇ ਨੇ ਇੱਥੇ ਡਾਕਟਰਾਂ ਨੂੰ ਸਹੀ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ।
ਤਾਂ ਉਹ ਸਬੰਧ ਵਿਚ ਸੁਪਰੀਮ ਕੋਰਟ ਨੇ ਵੀ ਕੇਂਦਰ ਸਰਕਾਰ ਨੂੰ ਕਿਹਾ ਕਿ ਇਹ ਇਸ ਤਰੀਕੇ ਨਾਲ ਇਨ੍ਹਾਂ ਸੂਬਿਆਂ ਦੇ ਉੱਤੇ ਇਲਜ਼ਾਮ ਲਾ ਕੇ ਕੇਂਦਰ ਸਰਕਾਰ ਚੁੱਪ ਨਹੀਂ ਬੈਠ ਸਕਦਾ ਹੈਗਾ, ਉਸ ਨੂੰ ਵੀ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਸੂਬਿਆਂ ਨੂੰ ਨਿਰਦੇਸ਼ ਦੇਣੇ ਚਾਹੀਦੇ ਹੈ ਕਿ ਇਸ ਲੜਾਈ ਦੇ ਵਿਚ ਕੋਰੋਨਾ ਦੇ ਖਿਲਾਫ ਜਿਹੜੀ ਲੜਾਈ ਚੱਲ ਰਹੀ ਹੈ ਉਹਦੇ ਵਿਚ ਡਾਕਟਰ ਜਿਹੜੇ ਹੈਗੇ ਸਾਡੇ ਯੋਧੇ ਨੇ, ਜੇਕਰ ਇਨ੍ਹਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲੂਗੀ ਤੇ ਇਹ ਕਿਵੇਂ ਲੜਾਈ ਲੜ ਸਕਣਗੇ। ਇਸ ਲਈ ਪੰਜਾਬ ਸਰਕਾਰ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਇਨ੍ਹਾਂ ਡਾਕਟਰਾਂ ਨੂੰ ਸਮੇਂ ਸਿਰ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਹੀ ਅਸੀਂ ਕੋਰੋਨਾ ਦੇ ਖਿਲਾਫ ਇਸ ਜੰਗ ਨੂੰ ਜਿੱਤ ਸਕਾਂਗੇ। ਢੀਂਡਸਾ ਹੋਰਾਂ ਨੇ ਇਕ ਬਹੁਤ ਵੱਡੇ ਇਲਜ਼ਾਮ ਲਾਤੇ ਜੀ ਕਿ ਸੁਖਬੀਰ ਬਾਦਲ ਹੀ ਕਰਾਉਂਦਾ ਸੋਸ਼ਲ ਮੀਡੀਆ ਤੇ ਸੀਨੀਅਰ ਆਗੂਆਂ ਦੀ ਕਿਰਦਾਰ ਕੁਸ਼ੀ। ਸਿੱਧੂ ਸਾਹਿਬ, ਆਪਾਂ ਇਕ ਦਿਨ ਖਬਰ ਦੀ ਆਪਾਂ ਕਟਿੰਗ ਦੀ ਜਿਹੜੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਸੀਗੀ ਉਸ ਦੀ ਤੇ ਆਪਾਂ ਦੇਖਿਆ ਸੀਗਾ, ਆਪਾਂ ਗੱਲਬਾਤ ਕਰ ਰਹੇ ਸੀਗੇ ਤਾਂ ਆਪਾਂ ਕਿਹਾ ਸੀਗਾ ਇਸ ਸਿੱਟੇ ਤੇ ਬਣਤੀ ਸੀਗੇ ਕਿ ਉਹ ਕਿਸੇ ਅਖਬਾਰ ਦੀ ਖਬਰ ਨਹੀਂ ਸੀਗੀ, ਉਹ ਕਿਸੇ ਵੱਲੋਂ ਪਲਾਂਟ ਕੀਤੀ ਹੋਈ ਖਬਰ ਸੀਗੀ ਤੇ ਉਸ ਖਬਰ ਦੇ ਸਬੰਧ ਵਿਚ ਹੀ ਗੱਲਬਾਤ ਕਾਫੀ ਚੱਲ ਰਹੀ ਹੈ, ਚਰਚਾ ਹੋ ਰਹੀ ਹੈ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਮਾਮਲੇ ਦੇ ਵਿਚ ਆਪਣਾ ਪੁਲਿਸ ਤੱਕ ਅਪਰੋਚ ਵੀ ਕੀਤੀ ਹੈ ਤੇ ਢੀਂਡਸਾ ਸਾਹਿਬ ਕਹਿ ਰਹੇ ਨੇ ਕਿ ਇਹ ਸਭ ਕੁਛ ਸੁਖਬੀਰ ਸਿੰਘ ਬਾਦਲ ਹੁਣ ਵੱਲੋਂ ਹੀ ਕਰਵਾਇਆ ਜਾ ਰਿਹਾ। ਉਹਦਾ ਕਾਰਨ ਇਹ ਹੈ ਕਿ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਬੰਧ ਸਿਰਸੇ ਵਾਲਾ ਬਾਬੇ ਦੇ ਨਾਲ ਬਾਦਲਾਂ ਨਾਲੋਂ ਵੀ ਜ਼ਿਆਦਾ ਵਧੀਆ ਸੀਗੀ ਤੇ ਇਸ ਗੱਲ ਕਰਕੇ ਇਹ ਖਬਰ ਨੂੰ ਜਿਹੜਾ ਹੈਗਾ ਹਵਾ ਇਸ ਗੱਲ ਕਰਕੇ ਦਿੱਤੀ ਗਈ ਕਿ ਕਿਵੇਂ ਨਾ ਕਿਵੇਂ ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਬਾਦਲ ਦੇ ਵਿਚ ਹੀ ਰਿਕਿਆ ਜਾਵੇ। ਉਨ੍ਹਾਂ ਬਾਰੇ ਇਸ ਤਰ੍ਹਾਂ ਦੀ ਕਨਸੋਆ ਵੀ ਨੇ ਕਿ ਉਹ ਕਿਸੇ ਵੀ ਸਮੇਂ ਸੁਖਦੇਵ ਸਿੰਘ ਢੀਂਡਸਾ ਨਾਲ ਰਲ ਵੀ ਸਕਦੇ ਆ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਢੀਂਡਸਾ ਸਾਹਿਬ ਦਾ ਇਲਜ਼ਾਮ ਲਾਇਆ ਕਿ ਇਸ ਤਰੀਕੇ ਦੇ ਹੱਥਕੰਡੇ ਅਪਣਾਏ ਜਾ ਰਹੇ ਨੇ ਤਾਂ ਜੋ ਲੋਕਾਂ ਨੂੰ ਆਪਣੇ ਵੱਲ ਰੋਕਿਆ ਜਾਵੇ। ਜੇਕਰ ਸੁਖਦੇਵ ਸਿੰਘ ਮਤਲਬ ਚੰਦੂਮਾਜਰੇ ਉਨ੍ਹਾਂ ਵੱਲ ਅਜਿਹਾ ਪ੍ਰਚਾਰ ਹੁੰਦਾ ਕਿ ਉਹ ਬਾਬਿਆਂ ਦੇ ਨਾਲ ਜਿਹੜਾ ਹੈਗਾ ਸਿਰਸੇ ਵਾਲੇ ਬਾਬੇ ਨਾਲ ਜੁੜਿਆ ਹੋਇਆ ਸੀਗਾ ਤਾਂ ਉਹਦੇ ਨਾਲ ਢੀਂਡਸਾ ਸਾਹਿਬ ਦੇ ਰਾਹ ਦੇ ਵਿਚ ਇਕ ਅੜਿੱਕਾ ਬਣ ਜਾਂਦਾ ਤੇ ਲੋਕ ਇਹ ਜਵਾਬ ਪੁੱਛਣਗੇ ਵੀ ਜਦੋਂ ਪ੍ਰੇਮ ਸਿੰਘ ਚੰਦੂਮਾਜਰਾ ਸਿਰਸੇ ਵਾਲੇ ਨਾਲ ਜੁੜਿਆ ਹੋਇਆ ਸੀ ਕਿ ਤੁਸੀਂ ਉਸ ਨੂੰ ਆਪਣੇ ਅਕਾਲੀ ਦਲ ਦੇ ਵਿਚ ਕਿਉਂ ਸ਼ਾਮਲ ਕਰ ਰਹੇ। ਜੀ ਸਵਾਲ ਤਾਂ ਵੱਡਾ ਹੈ ਜੀ, ਪਰ ਹੋਰ ਕਿੰਨੇ ਕੁ ਸਵਾਲ ਹੈ ਜਿਨ੍ਹਾਂ ਦੇ ਜਵਾਬ ਢੀਂਡਸਾ ਸਾਹਿਬ ਨੇ ਦੇਣੇ ਆ। ਕੁਰਸੀ ਦੇ ਵਾਸਤੇ ਤਾਂ ਸਾਰਾ ਕੁਛ ਹੀ ਕਰਨਾ ਪੈਂਦਾ, ਕਈ ਗੱਲਾਂ ਸੁਣਨੀਆਂ ਪੈਂਦੀਆਂ, ਕਈ ਕਹਿਣੀਆਂ ਪੈਂਦੀਆਂ। ਜੀ ਇਕ ਗੱਲ ਹੋਰ ਦੱਸਿਓ ਕਿ ਆਹ ਜਿਹੜਾ ਹੈਲਥ ਵਰਕਰਾਂ ਨੂੰ ਕੋਰੋਨਾ ਦੀ ਵੈਕਸੀਨ ਦੀ ਪਹਿਲੀ ਡੋਜ਼ ਮਿਲਣੀ ਹੈ ਜੀ। ਗੱਲ ਇਹ ਹੈ ਕਿ ਇਹ ਗੱਲ ਪੱਕੀ ਹੈ ਕਿ ਹੈਲਥ ਵਰਕਰਾਂ ਨੂੰ ਸਭ ਤੋਂ ਪਹਿਲਾਂ ਕੋਰੋਨਾ ਦੀ ਡੋਜ਼ ਦਿੱਤੀ ਜਾਊਗੀ। ਉਹਦਾ ਕਾਰਨ ਇਹ ਹੈ ਕਿ ਪਿਛਲੇ ਦਿਨੀ ਇਹ ਗੱਲ ਸਾਹਮਣੇ ਆਈ ਸੀਗੀ, ਇਹ ਰਿਪੋਰਟ ਵੀ ਸਾਹਮਣੇ ਆਈ ਸੀਗੀ ਕਿ ਅਮਰੀਕਾ ਦੇ ਵਿਚ ਵੈਕਸੀਨ ਤਿਆਰ ਹੋ ਰਹੀ ਹੈ ਤਾਂ ਸਭ ਤੋਂ ਪਹਿਲਾਂ ਵੈਕਸੀਨ ਕਿਸ ਨੂੰ ਦਿੱਤੀ ਜਾਵੇਗੀ ਤਾਂ ਉਥੇ ਵੀ ਇਹੀ ਜਵਾਬ ਮਿਲਿਆ ਸੀਗਾ ਕਿ ਸਭ ਤੋਂ ਪਹਿਲਾਂ ਡਾਕਟਰਾਂ ਤੇ ਹੈਲਥ ਵਰਕਰਾਂ ਤੇ ਨਰਸਾਂ ਤੇ ਹੀ ਵੈਕਸੀਨ ਲਗਾਈ ਜਾਵੇ। ਉਹਦਾ ਕਾਰਨ ਇਹ ਹੈ ਕਿ ਜੇਕਰ ਡਾਕਟਰ, ਨਰਸਾਂ ਜਾਂ ਹੈਲਥ ਵਰਕਰ ਕੋਰੋਨਾ ਤੋਂ ਮੁਕਤ ਹੋ ਜਾਂਦੇ ਨੇ ਵੀ ਉਨ੍ਹਾਂ ਨੂੰ ਕੋਰੋਨਾ ਨਹੀਂ ਹੋਊਗਾ ਕਿਉਂਕਿ ਉਨ੍ਹਾਂ ਦੇ ਵੈਕਸੀਨ ਲੱਗੀ ਹੋਈ ਹੈ, ਤਾਂ ਹੋਰ ਜਿੰਨੇ ਵੀ ਬਿਮਾਰ ਕੋਰੋਨਾ ਪੀੜਤ ਨੇ ਉਨ੍ਹਾਂ ਦਾ ਸਹੀ ਢੰਗ ਨਾਲ ਇਲਾਜ ਕਰ ਸਕਣਗੇ ਤੇ ਇਸ ਸਬੰਧ ਵਿਚ ਭਾਰਤ ਦੇ ਵਿਚ ਵੀ ਇਹ ਹੁਣ ਚਰਚਾ ਚੱਲ ਪਈ ਹੈ। ਜਿਹੜੇ ਸਿਹਤ ਸਕੱਤਰ ਨੇ ਉਨ੍ਹਾਂ ਨੇ ਇਸ ਗੱਲ ਦਾ ਇਸ਼ਾਰਾ ਦਿੱਤਾ ਹੈ ਕਿ ਜੇਕਰ ਵੈਕਸੀਨ ਜਦੋਂ ਤਿਆਰ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਡਾਕਟਰਾਂ, ਸਿਹਤ ਵਰਕਰਾਂ ਤੇ ਹੋਰ ਇਨ੍ਹਾਂ ਨਾਲ ਸਬੰਧਤ ਲੋਕਾਂ ਨੂੰ ਦਿੱਤੀ ਜਾਊਗੀ ਕਿਉਂਕਿ ਇਨ੍ਹਾਂ ਨੂੰ ਇਹ ਇਕ ਤਰ੍ਹਾਂ ਦਾ ਇਨਾਮ ਵੀ ਹੋਊਗਾ ਕਿਉਂਕਿ ਇਨ੍ਹਾਂ ਨੇ ਇਕ ਵੱਡੀ ਜੰਗ ਲੜੀ ਆ। ਪਿਛਲੇ 6 ਮਹੀਨਿਆਂ ਤੋਂ ਉਹ ਲਗਾਤਾਰ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਦੇ ਆ ਰਹੇ ਨੇ ਤੇ ਕਈ ਬਹੁਤ ਸਾਰੇ ਡਾਕਟਰ, ਕਈ ਬਹੁਤ ਸਾਰੀਆਂ ਨਰਸਾਂ ਨੂੰ ਵੀ ਇਲਾਜ ਕਰਦੇ ਕਰਦੇ ਇਸ ਕੋਰੋਨਾ ਤੋਂ ਪੀੜਤ ਹੋਣਾ ਪਏ, ਕਈ ਡਾਕਟਰਾਂ ਦੀ ਤਾਂ ਜਾਨਾਂ ਵੀ ਜਾ ਚੁੱਕੀਆਂ ਨੇ। ਇਸ ਗੱਲ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜੇ ਹੈਲਥ ਵਰਕਰਾਂ ਨੂੰ, ਡਾਕਟਰਾਂ ਨੂੰ ਇਹ ਕੋਰੋਨਾ ਦੀ ਡੋਜ਼ ਜ਼ਰੂਰ ਮਿਲਣੀ ਚਾਹੀਦੀ। ਜੀ ਤੇ ਬਹੁਤ ਮਿਹਰਬਾਨੀ ਜੀ ਦਰਸ਼ਕ ਜੀ, ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ, ਸ਼ੁਕਰੀਆ ਜੀ। ਸੱਜਣੋ ਦਰਸ਼ਨ ਸਿੰਘ ਦਰਸ਼ਕ ਹੋ ਰਹੇ ਸਾਡੇ ਸੀਨੀਅਰ ਟੀਮ ਮੈਂਬਰ ਨੇ, ਆਪਾਂ ਇਨ੍ਹਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਹੁਣ ਲੈਂਦੇ ਹਾਂ ਬ੍ਰੇਕ, ਫਿਰ ਅਗਲੀ ਗੱਲਬਾਤ ਕਰਾਂਗੇ। ਹਾਂਜੀ ਸਰਪੰਚ ਸਾਹਿਬ।
ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਨੂੰ ਇੱਕ ਮਿੰਟ ਚ ਦੂਜਾ